ਕਿੱਥੇ ਕਿੱਥੇ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਆ ਜਿਹੜਾ ਇੱਕ ਟਫ ਫਾਈਟ ਦੇ ਰਿਹਾ? ਜਿੰਨੀਆਂ 13 ਸੀਟਾਂ ਅਕਾਲੀ ਦਲ 1 ਜਾਂ 2 ਪੁਜ਼ੀਸ਼ਨ 'ਤੇ ਹੈ, ਤਾਂ ਦਲ ਸਾਹਿਬ ਨੂੰ ਕੀ ਲੱਗਦਾ ਕਿ ਗੱਠਜੋੜ ਨਾ ਕਰਨ ਦਾ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ? ਮੈਂ ਕਿਤੇ ਵੀ ਅਕਾਲੀ ਦਲ ਦੀ ਪ੍ਰਸਟੀਜ, ਸਿੱਖ ਕੌਮ ਦੀ ਪ੍ਰਸਟੀਜ ਅਤੇ ਪੰਜਾਬੀਆਂ ਦੀ ਪ੍ਰਸਟੀਜ 'ਤੇ ਮੈਂ ਕੰਪਰੋਮਾਈਜ਼ ਨਹੀਂ ਕਰ ਸਕਦਾ। ਇਹ ਜਿਹੜਾ ਤਰੀਕਾ ਕਿਸਾਨਾਂ ਦਾ ਉਹਨਾਂ ਨੂੰ ਪ੍ਰਚਾਰ ਕਰਨ ਤੋਂ ਰੋਕਣ ਦਾ, ਇਹ ਤਰੀਕਾ ਤੁਹਾਨੂੰ ਠੀਕ ਲੱਗਦਾ? ਨਹੀਂ, ਮੈਂ ਬੜਾ ਕਲੀਅਰ ਹਾਂ, ਪ੍ਰਚਾਰ ਕਰਨਾ ਸਾਰਿਆਂ ਦਾ ਹੱਕ ਹੈ, ਆਪਾਂ ਵੋਟਾਂ ਪਾਈਏ। ਮਤਲਬ ਵੋਟਾਂ ਨਾਲ ਜਵਾਬ ਦਿਓ ਉਹਦਾ? ਵੋਟਾਂ ਨਾਲ ਜਵਾਬ। 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜੀ ਵੋਟ ਪਈ, ਉਹ ਵੋਟ ਸ਼ੇਅਰ ਜਿਹੜਾ ਤੁਹਾਡੇ ਮੁਤਾਬਕ ਉਹ ਡਗਮਗਾਏਗਾ, ਤੁਸੀਂ ਇੰਨੇ ਸ਼ਿਓਰ ਕਿਉਂ ਕਿ ਤੁਹਾਡੇ ਕੋਲ ਹੀ ਵਾਪਸ ਆਏਗਾ? ਵਾਈ ਨੋਟ ਕਾਂਗਰਸ? ਲੋਕਾਂ ਨੇ ਸਾਡੀ ਡਿਵੈਲਪਮੈਂਟ ਦੇਖੀ ਹੈ, ਸਾਡੀ ਕ੍ਰੈਡੀਬਿਲਟੀ ਹੈ। ਕਾਂਗਰਸ ਦੀ ਕਿਹੜੀ ਕ੍ਰੈਡੀਬਿਲਟੀ ਹੈ? ਅੱਧੀ ਕਾਂਗਰਸ ਤਾਂ BJP ਚਲੇਗੀ। ਬੀਬਾ ਜੀ 3 ਵਾਰ MP ਬਣ ਚੁੱਕੇ ਨੇ, ਉਹ 4th ਵਾਰੀ ਲੋਕ ਕਿਉਂ ਚੁਣਨਗੇ? ਜੋ ਕੰਮ ਹਰਸਿਮਰਤ ਨੇ ਇੱਥੇ ਕੀਤੇ ਹੈ, ਇਹਦਾ ਕੰਪੇਅਰ ਕੋਈ ਹੋ ਨਹੀਂ ਸਕਦਾ। ਤੁਸੀਂ ਕੋਈ ਇਲੈਕਸ਼ਨ ਲੜੀ ਬਾਲ ਸਾਹਿਬ? ਮੇਰੀ ਰਿਸਪੋਂਸੀਬਿਲਟੀ ਪਾਰਟੀ ਦੀ, ਪੂਰੀ ਪੰਜਾਬ ਦੀ, ਇਸ ਕਰਕੇ ਮੈਂ ਨਹੀਂ ਲੜ ਰਿਹਾ। ਉਹ ਕਹਿੰਦੇ ਕਿ ਦੇਖੋ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ, ਮੁਹੱਲਾ ਕਲੀਨਿਕ ਬਣਾਏ ਹਾਂ, ਨਵੀਂ ਚੀਜ਼ ਬਣਾਉਣ, ਨਵੀਂ ਚੀਜ਼ ਬਣਾਉਣ। ਅਕਾਲੀ ਦਲ ਜਿੱਤ ਕੇ ਕਿਤੇ BJP ਨਾਲ ਗੱਠਜੋੜ ਤਾਂ ਨਹੀਂ ਕਰ ਲਏਗਾ ਦੁਬਾਰਾ? ਜੇ ਕਰਨਾ ਹੁੰਦਾ ਤਾਂ ਪਹਿਲੇ ਨਹੀਂ ਕਰ ਸਕਦੇ ਸੀ? ਸਾਡੇ ਕੋਲ ਚੋਇਸ ਸੀ ਪਹਿਲੇ? ਤੁਹਾਡੇ ਕੋਲ ਚੋਇਸ ਨਹੀਂ ਸੀ ਨਾ, ਕਿਸਾਨ ਫਿਰ ਤੁਹਾਡੇ ਖਿਲਾਫ ਖੜੇ ਹੋ ਜਾਂਦੇ? ਕਿਸਾਨ ਤਾਂ ਪਿਛਲੀ ਵਾਰ ਵੀ ਸੀ। ਪ੍ਰਧਾਨ ਮੰਤਰੀ ਦੀ ਰੈਲੀ ਨਾਲ ਵੀ ਕੋਈ ਫਰਕ ਨਹੀਂ ਪੈਣ ਲੱਗਾ? ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ, ਤੁਸੀਂ ਅੱਜ ਕੱਲ੍ਹ ਸਪੀਚਾਂ ਸੁਣਦੇ? ਉਹ ਕਹਿੰਦੇ ਵੀ ਅਸੀਂ ਤਾਂ ਮੁਸਲਮਾਨਾਂ ਦੀ ਗੱਲ ਕੀਤੀ ਹੈ, ਸਿੱਖਾਂ ਦੀ ਗੱਲ ਥੋੜ੍ਹੀ ਕੀਤੀ ਹੈ। ਆਹ ਇੱਕ ਅਸੂਲੀ ਲੜਾਈ ਹੈ, ਆ ਦੇਸ਼ ਸਾਰਿਆਂ ਦਾ। ਸਵਾਗਤ ਹੈ PTC ਨਿਊਜ਼ ਦੇ ਵਿੱਚ ਸਾਰੇ ਦਰਸ਼ਕਾਂ ਦਾ, ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਵਿਚਾਰ ਤਕਰਾਰ। ਅੱਜ ਵਿਚਾਰ ਤਕਰਾਰ ਦੇ ਵਿੱਚ, ਕਿਉਂਕਿ ਚੋਣ ਪ੍ਰਚਾਰ ਸਿਖਰਾਂ 'ਤੇ ਹੈ, ਹੁਣ ਕਹਿ ਸਕਦੇ ਹੋ ਕਿ ਆਪਣੇ ਅੰਤਮ ਪੜਾਅ ਵੱਲ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਵੱਧਦਾ ਜਾ ਰਿਹਾ। 1 ਜੂਨ ਨੂੰ ਚੋਣਾਂ ਪੈਣੀਆਂ ਨੇ ਔਰ ਉਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਹੁਣ ਪੂਰਾ ਜ਼ੋਰ ਲਾ ਰਹੀਆਂ ਨੇ। ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ, ਉਵੇਂ ਚੋਣਾਂ ਦਾ ਬੁਖਾਰ ਵੀ ਵੱਧ ਰਿਹਾ। ਇਸ ਵਕਤ ਸਾਡੇ ਨਾਲ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਚੋਣ ਪ੍ਰਚਾਰ ਦੇ ਵਿੱਚ ਜਿੰਨੀ ਵਾਹ ਇਸ ਵਾਰ ਅਕਾਲੀ ਦਲ ਨੇ ਲਾਈ ਹੈ, ਸ਼ਾਇਦ ਦੂਜੀਆਂ ਪਾਰਟੀਆਂ ਥੋੜੀਆਂ ਪਛੜੀਆਂ ਜ਼ਰੂਰ ਨਜ਼ਰ ਆਈਆਂ ਨੇ। ਬਹੁਤ ਬਹੁਤ ਸਵਾਗਤ ਹੈ ਬਾਦਲ ਸਾਹਿਬ। ਬਾਦਲ ਸਾਹਿਬ, ਸਭ ਤੋਂ ਪਹਿਲਾਂ ਸਵਾਲ ਤਾਂ ਇਹ ਹੈ ਕਿ ਮਿਹਨਤ ਤੁਸੀਂ ਬਹੁਤ ਕੀਤੀ ਹੈ, ਸਾਰੇ ਕਹਿੰਦੇ ਨੇ, ਭਾਵੇਂ ਤੁਹਾਡੇ ਵਿਰੋਧੀ ਵੀ ਹੋਣ, ਕਿ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਤਾਂ ਪੂਰਾ ਲਾਇਆ ਇੰਨੀ ਗਰਮੀ ਦੇ ਬਾਵਜੂਦ, ਇਹ ਜ਼ੋਰ ਵੋਟਾਂ ਦਾ ਮੁੱਲ ਮੋੜੇਗਾ? ਦੇਖੋ, ਐਜ਼ ਅ ਪ੍ਰੈਜ਼ੀਡੈਂਟ ਆਫ ਅਕਾਲੀ ਦਲ, ਮੇਰੀ ਜ਼ਿੰਮੇਵਾਰੀ ਵੀ ਹੈ ਐਂਡ ਰੀਜਨਲ ਪਾਰਟੀ ਹੈ। ਅੱਜ ਲੜਾਈ ਇੱਕ ਪਾਸੇ ਪੰਜਾਬ ਹੈ, ਪੰਜਾਬ ਦੀ ਖੇਤਰੀ ਪਾਰਟੀ ਹੈ, ਦੂਜੇ ਪਾਸੇ ਸਾਰੀ ਦਿੱਲੀ ਵਾਲੀਆਂ ਪਾਰਟੀਆਂ ਹੈ। ਉਹਨਾਂ ਕੋਲ ਰਿਸੋਰਸਿਸ ਵੀ ਜ਼ਿਆਦਾ ਹੈ, ਸਾਰਾ ਕੁਛ, ਸਟਰੈਂਥ ਵੀ ਜ਼ਿਆਦਾ ਹੈ। ਅਸੀਂ ਇਕੱਲੇ ਲੜ ਰਹੇ ਹਾਂ ਆਪਣੇ ਪੰਜਾਬੀਆਂ ਦੇ ਸਿਰ 'ਤੇ, ਅਤੇ ਆਹੀ ਮੈਂ ਮੈਸੇਜ ਕਨਵੇ ਕਰਨਾ ਚਾਹੁੰਦਾ ਸੀ ਕਿ ਸਾਰੇ ਪੰਜਾਬੀਆਂ ਨੂੰ ਕੋਈ ਜਾਗੋ, ਬਹੁਤ ਦੇਰ ਨਾ ਹੋ ਜਾਏ। ਆਹ ਜਿੰਨੀਆਂ ਦਿੱਲੀ ਵਾਲੀਆਂ ਪਾਰਟੀਆਂ, ਇਹਨਾਂ ਦਾ ਕੋਈ ਇੰਟਰਸਟ ਪੰਜਾਬ ਨਾਲ ਨਹੀਂ ਹੈ। ਜੀ ਜੀ, ਤੁਸੀਂ 2022 ਦੇ ਵਿੱਚ ਵੀ ਚੋਣ ਪ੍ਰਚਾਰ ਕੀਤਾ, ਤੁਸੀਂ ਹੁਣ ਵੀ ਚੋਣ ਪ੍ਰਚਾਰ ਕਰ ਰਹੇ ਹੋ, ਇੰਨੇ ਕੰਤਰਾਲ ਦੇ ਵਿੱਚ, ਦੋ ਸਾਲਾਂ ਦੇ ਵਿੱਚ ਤੁਹਾਨੂੰ ਕੀ ਅੰਤਰ ਨਜ਼ਰ ਆਇਆ, ਖਾਸ ਤੌਰ 'ਤੇ ਲੋਕਾਂ ਦੇ ਵਿੱਚ ਕੀ ਨਜ਼ਰ ਆਇਆ ਤੁਹਾਨੂੰ? ਮੈਂ ਪਿਛਲੇ 3 ਮਹੀਨਿਆਂ ਤੋਂ ਮੈਂ ਪੰਜਾਬ ਬਚਾਓ ਯਾਤਰਾ ਦੇ ਤਹਿਤ ਮੈਂ ਪਿੰਡਾਂ 'ਚ ਜਾ ਰਿਹਾ, ਸੜਕਾਂ 'ਤੇ ਜਾ ਰਿਹਾ, ਅਤੇ ਮੈਨੂੰ ਬਹੁਤ ਲੋਕ ਮਿਲੇ ਆ, ਗਰੀਬ, ਬੀਬੀਆਂ, ਕਿਸਾਨ, ਵਪਾਰੀ। ਉਹਨਾਂ ਦੇ ਮਨ 'ਚ ਫਰਸਟ੍ਰੇਸ਼ਨ ਹੈ ਕਿ ਕਿੱਥੇ ਕਿੰਨੀ ਵੱਡੀ ਗਲਤੀ ਕਰ ਲਈ ਝਾੜੂ ਨੂੰ ਵੋਟ ਪਾ ਕੇ। ਐਕਚੁਅਲੀ ਪਿਛਲੀ ਵਾਰ ਉਹਨਾਂ ਨੇ ਉਮੀਦਵਾਰ ਤਾਂ ਦੇਖੇ ਨਹੀਂ ਜੀ, ਇਕੱਲਾ ਝਾੜੂ 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 ਵੇਵ ਸੀ, ਵੇਵ ਕਰਕੇ ਉਹਨੂੰ ਐਂਡ ਬਾਅਦ 'ਚ ਰਿਲਾਈਜ਼ ਕੀਤਾ ਕਿ ਜਿਹਨੂੰ ਚੁਣਿਆ ਉਹ ਤਾਂ ਕਰੁੱਕ ਹੈ, ਕ੍ਰਿਮੀਨਲ ਬੈਕਗਰਾਊਂਡ ਹੈ। ਅੱਛਾ, ਉਹ ਜਿਹੜੇ ਕ੍ਰਿਮੀਨਲ ਬੈਕਗਰਾਊਂਡ ਵਾਲੇ ਆ ਉਹ ਸਾਰੇ ਲੁੱਟਣ ਲੱਗ ਗਏ। ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਅਖੀਰਲਾ ਟਾਈਮ ਹੈ, ਅਗਲੀ ਵਾਰ ਤਾਂ ਨਾ ਸਾਨੂੰ ਕਿਸੇ ਨੇ ਵੋਟ ਪਾਉਣੀ ਹੈ। ਐਂਡ ਔਰ ਆਹੀ ਰੀਜ਼ਨ ਹੈ ਡਰੱਗਜ਼ ਵੀ ਵੱਧ ਗਏ, ਕਿ ਉਹ ਡਰੱਗਜ਼ ਵਾਲੇ ਤੋਂ ਵੀ ਪੈਸੇ ਲੈਣ ਲੱਗ ਗਏ, ਐਕਸਟ੍ਰੈਕਸ਼ਨ ਵਾਲੇ ਤੋਂ ਵੀ ਲੈਣ ਲੱਗ ਗਏ, ਸੱਟਿਆਂ ਵਾਲੇ ਤੋਂ ਵੀ ਲੈਣ ਲੱਗ ਗਏ। ਆਹ ਤਾਂ ਹਾਲਾਤ ਬਣਾ ਤੀ ਸਰਕਾਰ ਦੀ,
ਐਂਡ ਜੋ ਐਕਸਪੈਕਟੇਸ਼ਨ ਸੀ ਲੋਕਾਂ ਦੀ ਕਿ ਆਮ ਆਦਮੀ ਦ ਇੰਪ੍ਰੈਸ਼ਨ ਸੀ ਕਿ ਇੱਕ ਆਮ ਆਦਮੀ ਦੀ ਸਰਕਾਰ ਬਣੂਗੀ, ਇੱਥੇ ਤਾਂ ਕੰਪਲੀਟਲੀ ਆਪੋਜ਼ਿਟ ਹੈ। ਪਰ ਇਹ ਜਿਹੜੇ ਮੁੱਦੇ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਫੈਕਟ ਨਹੀਂ ਕਰਦੇ, ਕੀ ਇਹਦਾ ਅਸਰ ਤੁਹਾਨੂੰ ਲੱਗਦਾ ਕਿ ਲੋਕ ਸਭਾ? ਹੁਣ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਖੇੜਾ ਚੜਾਓ, ਇਹਨਾਂ ਤੋਂ ਝਾੜੂ ਵਾਲੇ ਤਾਂ ਭਗਵੰਤ ਮਾਨ, ਭਗਵੰਤ ਮਾਨ ਕੋਈ ਚੀਫ ਮਿਨਿਸਟਰ ਹੈ? ਤੁਸੀਂ ਦੇਖ ਲਓ ਰਿਹਾ ਕਿੰਨੀ ਦੇਰ ਇੱਥੇ, ਮਿਲਿਆ ਕਿਹਨੂੰ ਹੈ? ਮੈਂ ਤੁਹਾਨੂੰ ਇੱਕ ਸਮਾਲ ਐਗਜ਼ਾਮਪਲ ਦਿੰਦਾ ਜੀ। ਲੁਧਿਆਣੇ ਮੈਂ ਇੰਡਸਟਰੀਜ਼ ਨੂੰ ਮਿਲਿਆ ਸੀ, ਸਾਰੇ ਇੰਡਸਟਰੀਜ਼ ਅਤੇ ਟ੍ਰੇਡਰਸ ਨੂੰ। ਮੈਨੂੰ ਕਹਿੰਦੇ ਜੀ ਤੁਸੀਂ ਸਾਡੀ ਆਹ ਗੱਲ ਚੱਕੋ, ਸਾਡੀ ਇਸ਼ੂ ਹੈ। ਮੈਂ ਕਿਹਾ ਤੁਸੀਂ ਆਪਣੇ ਮਿਨਿਸਟਰ ਨੂੰ ਜਾ ਕੇ ਮਿਲ ਲਓ। ਉਹ ਕਹਿੰਦੇ ਜੀ ਅਸੀਂ ਆਪਣੇ ਮਿਨਿਸਟਰ ਕੋਲ ਗਏ ਸੀ ਜੇ ਪੰਜਾਬ ਦਾ ਜੀ, ਅਤੇ ਉਹਨੇ ਕਿਹਾ ਕਿ ਮੈਂ ਤੁਹਾਨੂੰ ਕੇਜਰੀਵਾਲ ਨਾਲ ਅਪੁਆਇੰਟਮੈਂਟ ਲੈ ਦੇਣਾ, ਜੋ ਡਾਇਰੈਕਸ਼ਨ ਉੱਥੋਂ ਆਊਗੀ ਅਸੀਂ ਉਹ ਇੰਪਲੀਮੈਂਟ ਕਰ ਲਾਂਗੇ। ਹੁਣ ਕੇਜਰੀਵਾਲ ਤਾਂ ਪੰਜਾਬ ਦਾ ਚੀਫ ਮਿਨਿਸਟਰ ਹੈ ਨਹੀਂ, ਐ ਉਹਨਾਂ ਨੇ ਐਂ ਨਹੀਂ ਕਿਹਾ ਕਿ ਭਗਵੰਤ ਮਾਨ ਨਾਲ ਅਪੁਆਇੰਟਮੈਂਟ ਲੈ ਦਿੰਦੇ ਹਾਂ, ਕਹਿੰਦਾ ਕੇਜਰੀਵਾਲ ਆ ਸੁਪਰ ਸੀਐਮ, ਸੁਪਰ ਸੀਐਮ ਹੀ ਉਹ ਹੈ, ਆਹ ਤਾਂ ਅਸਿਸਟੈਂਟ ਹੈ, ਆਹ ਤਾਂ ਜਿਵੇਂ ਪੀਏ ਹੁੰਦਾ ਨਾ ਉਵੇਂ ਰੱਖਿਆ। ਬਲ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਮੁਕਾਬਲਾ ਕਿਹੜੀ ਪਾਰਟੀ ਦੇ ਨਾਲ ਹੈ, ਕਿਉਂਕਿ ਇਹ ਪਹਿਲੀ ਵਾਰੀ ਹੈ ਜੋ ਤੁਸੀਂ ਗੱਠਜੋੜ ਤੋਂ ਹਟ ਕੇ ਇਲੈਕਸ਼ਨ ਲੜ ਰਹੇ ਹੋ? ਮੈਨੂੰ ਲੱਗਦਾ ਕਿ ਇਸ ਗੱਲ ਦਾ ਤੁਸੀਂ ਸ਼ੁਕਰ ਮਨਾਉਂਦੇ ਹੋ ਕਿ ਜੋ ਹਾਲ ਅੱਜ ਬੀਜੇਪੀ ਦੇ ਕੈਂਡੀਡੇਟਸ ਦਾ ਹੋ ਰਿਹਾ, ਜੇ ਤੁਹਾਡਾ ਗੱਠਜੋੜ ਹੋ ਜਾਂਦਾ ਉਹੀ ਹਾਲ ਤੁਹਾਡੇ ਕੈਂਡੀਡੇਟਸ ਦਾ ਵੀ ਹੁੰਦਾ ਪਿੰਡਾਂ ਦੇ ਵਿੱਚ? ਅਸੀਂ ਤਾਂ ਗੱਠਜੋੜ, ਕੋਈ ਗੱਠਜੋੜ ਕਰਨ ਵਾਸਤੇ ਅਸੀਂ ਕਰਦੇ ਨਹੀਂ ਸੀ। ਅਕਾਲੀ ਦਲ ਇਜ਼ ਨੋਟ ਅ ਪੋਲੀਟੀਕਲ ਪਾਰਟੀ, ਇਟਸ ਅ ਮੂਵਮੈਂਟ ਐਂਡ ਆਫ ਇਟ ਫਾਈਟਸ ਅਗੇਂਸਟ ਰਿਪਰੈਸ਼ਨ, ਅਤੇ ਅਸੀਂ ਕੋਈ ਐਂ ਨਹੀਂ ਹੈ ਕਿ ਗੱਠਜੋੜ ਹੋ ਗਿਆ। ਅਸੀਂ ਪਹਿਲੇ ਗੱਠਜੋੜ ਸੀ ਸਾਡਾ, ਉਦੋਂ ਬੀਜੇਪੀ ਦੀ ਸੋਚ ਹੋਰ ਸੀ, ਉਦੋਂ ਤੁਸੀਂ ਦੇਖੋ ਦੇ ਲਿਬਰਲ ਸੋਚ, ਵਾਜਪਾਈ ਜੀ ਪ੍ਰਧਾਨ ਮੰਤਰੀ ਸੀ, ਰਾ ਉਹਨਾਂ ਦੀ ਸੋਚ ਸੀ। ਹੁਣ ਆ ਗਈ ਜਿਹੜੀ ਹੁਣ ਬੀਜੇਪੀ ਹੈ, ਇਟਸ ਮੋਰ ਇਨ ਟੂ ਕਮਿਊਨਲ ਲਾਈਨਸ, ਕਿ ਇੱਕ ਧਰਮ ਨੂੰ ਕਰਨਾ ਦੂਜਿਆਂ ਨੂੰ ਨਹੀਂ। ਅਤੇ ਅਕਾਲੀ ਦਲ ਦੀ ਸੋਚ ਹੈ ਗੁਰੂਆਂ ਦੀ ਦੱਸੀ ਹੋਈ ਸੋਚ, ਸਰਬੱਤ ਦੇ ਭਲੇ ਦੀ, ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ। ਸੋ ਸਾਡੀ ਸੋਚ ਹੀ ਡਿਫਰੈਂਟ ਹੋਣ ਲੱਗ ਗਈ ਹੈ, ਅਤੇ ਦੇ ਆਰ ਐਂਟੀ ਫਾਰਮਰਸ, ਦੇ ਵੈਰੀ ਫੋਕਸ ਹੈ ਕਿ ਜਿਹੜੇ ਨਾਲ ਉਲਟਾ ਔਰ ਉਲਟਾ ਹੈ, ਐਂਡ ਦੇ ਬਲੇਟੈਂਟਲੀ ਉਲਟਾ ਹੈ। ਤੁਹਾਡਾ ਗੱਠਜੋੜ ਮੁੱਦਿਆਂ 'ਤੇ ਨਹੀਂ ਹੋਇਆ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਵਾਰ ਵਾਰ ਜਿਹੜੀ ਚਰਚਾ ਹੁੰਦੀ ਕਿ ਟਿਕਟਾਂ 'ਤੇ ਥੋੜ੍ਹੀ ਸੀਟਾਂ 'ਤੇ ਸਹਿਮਤੀ ਨਹੀਂ ਬਣੀ, ਟਿਕਟਾਂ ਦੀ ਤਾਂ ਕੋਈ ਗੱਲ ਨਹੀਂ, ਮੰਗਦੇ ਸੀ 6, ਤੁਸੀਂ ਮੰਗਦੇ ਸੀ 7, ਟਿਕਟਾਂ ਦੀ ਤਾਂ ਗੱਲ ਹੀ ਨਹੀਂ ਹੈ। ਪਹਿਲੀ ਗੱਲ, ਮੇਰੀ ਕਿਤੇ ਉੱਤੇ ਮੀਟਿੰਗ ਵੀ ਨਹੀਂ ਹੋਈ, ਜਿਹੜੇ ਬੰਦੇ, ਇੱਕ ਬੰਦੇ ਨੇ ਅਪਰੋਚ ਕੀਤਾ ਸੀ, ਮੈਂ ਕਿਹਾ ਜੀ ਸਾਡੀ ਅਸੂਲੀ ਪਾਰਟੀ ਹੈ, ਪਹਿਲੀ ਗੱਲ ਤੁਸੀਂ ਸਾਡੇ ਤਖ਼ਤ ਹਜ਼ੂਰ ਸਾਹਿਬ ਦੇ ਕਾਬਜ਼ ਹੋ ਗਏ ਹੋ, ਤਖ਼ਤ ਪਟਨਾ ਸਾਹਿਬ ਦੇ ਕੰਟਰੋਲ ਲੈ ਲਿਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਲਈ, ਤੁਸੀਂ ਪਹਿਲੇ ਐਸ ਜੀ ਪੀ ਸੀ ਤੋੜ ਕੇ ਹਰਿਆਣਾ ਬਣਾਤੀ, ਪਹਿਲੇ ਆਹ ਠੀਕ ਕਰੋ ਸਾਰੇ, ਪਹਿਲੇ ਸਾਰੀ ਕਿਸਾਨ ਦੀ ਜੋ ਕਮੇਟੀ ਉਹ ਪੂਰੀ ਕਰੋ, ਬੰਦੀ ਸਿੱਕਾਂ ਨੂੰ ਸੱਟੋ, ਐੱਨ ਐੱਸ ਏ ਤੁਸੀਂ ਲਾਇਆ ਬੰਦ ਕਰੋ ਜਿਹੜਾ ਹੈਗਾ, ਅਤੇ ਉਹਦੇ ਬਾਅਦ ਭੱਜ ਗਏ। ਅਤੇ ਬਲ ਸਾਹਿਬ ਨੂੰ ਕੀ ਲੱਗਦਾ ਕਿ ਗੱਠਜੋੜ ਨਾ ਕਰਨ ਦਾ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ? ਸੀ ਤੁਸੀਂ ਇਹਨਾਂ ਨੂੰ ਵੋਟਾਂ ਦੇ ਵਿੱਚ ਕੰਪੈਰੀਜ਼ਨ ਕਰਦੇ ਹੋ ਜਾਂ ਮੁੱਦਿਆਂ 'ਤੇ ਕੰਪੈਰੀਜ਼ਨ ਕਰਦੇ? ਨਹੀਂ, ਮੈਂ ਐਕਟੀ ਬੜਾ ਕਲੀਅਰ ਸੀ, ਮੈਂ ਪੰਜਾਬ, ਕਿਉਂਕਿ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ, ਆਹ ਬੇਸਿਕਲੀ ਪੰਜਾਬ ਦੀ ਫੌਜ ਹੈ, ਸੋ ਮੈਂ ਬੜਾ ਕਲੀਅਰ ਸੀ ਵਿਦਨ ਪਾਰਟੀ ਕਿ ਆਪਾਂ ਪ੍ਰਿੰਸੀਪਲਸ ਤੋਂ ਕੰਪਰੋਮਾਈਜ਼ ਨਹੀਂ ਕਰਨਾ। ਮੈਂ ਕਿਤੇ ਵੀ ਅਕਾਲੀ ਦਲ ਦੀ ਪ੍ਰਸਟੀਜ, ਸਿੱਖ ਕੌਮ ਦੀ ਪ੍ਰਸਟੀਜ ਅਤੇ ਪੰਜਾਬੀਆਂ ਦੀ ਪ੍ਰਸਟੀਜ 'ਤੇ ਮੈਂ ਕੰਪਰੋਮਾਈਜ਼ ਨਹੀਂ ਕਰ ਸਕਦਾ। ਜੇ ਅਸੀਂ ਕਰ ਜਾਂਗੇ ਕੰਪਰੋਮਾਈਜ਼, ਅਤੇ ਫਿਰ ਤੁਹਾਡੀ ਲੜਾਈ ਕੌਣ ਲੜੂਗਾ? ਆਹ ਜਿਹੜੀ ਨੈਸ਼ਨਲ ਪਾਰਟੀ ਹੈ, ਉਹ ਇਕੱਲਾ ਇੱਥੇ ਜਿੱਤਣ ਵਾਸਤੇ ਆਉਂਦੀਆਂ, ਨੰਬਰ ਸਾਨੂੰ 4 MP ਮਿਲਣਗੇ, 2 MP, ਉਹ ਐਂ ਨਹੀਂ ਦੇਖਦੇ ਕਿ ਇੱਥੇ ਪਾਣੀ ਹੈ ਕਿ ਨਹੀਂ ਹੈ, ਇੱਥੇ ਕੋਈ ਇੰਡਸਟਰੀ ਆਉਂਦੀ ਹੈ ਕਿ ਨਹੀਂ ਆਉਂਦੀ ਹੈ। ਤੁਸੀਂ ਬੀਜੇਪੀ ਨੂੰ ਬਣਾ ਦਿਓਗੇ ਇੱਥੇ, ਉਹਨੇ ਜੇ ਸਰਕਾਰ ਬਣ ਜਾਂਦੀ ਹੈ ਜਾਂ ਕਾਂਗਰਸ ਨੇ, ਉਹਨਾਂ ਨੇ ਕੋਈ ਇੰਡਸਟਰੀ ਇੱਥੇ ਭੇਜਣੀ ਹੈ? ਜਿਹੜੀ ਇੰਡਸਟਰੀ ਪਿਛਲੇ 10 ਸਾਲ 'ਚ ਇੰਡੀਆ 'ਚ ਆਉਣ ਲੱਗੀ ਹੈ, ਉਹ ਆਉਣਾ ਚਾਹੁੰਦਾ ਇਨਵੈਸਟਮੈਂਟ, ਸਾਰੀ ਗੁਜਰਾਤ ਜਾਂਦੀ ਹੈ ਜਾਂ UP।
ਜਾਂ ਯੂਪੀ ਜਾਂਦੀ ਹੈ, ਕਿਉਂਕਿ ਉੱਥੇ 85 MP ਸੀ, 85 ਉਹ MPਆਂ ਦੇ ਹਿਸਾਬ ਨਾਲ ਇਨਵੈਸਟਮੈਂਟ ਕਰਾਉਂਦੇ ਹੈ। ਛੋਟੀ ਸਟੇਟ ਹੈ, ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਜੇ ਅਸੀਂ ਜਿੱਤਾਂਗੇ ਅਸੀਂ ਰੌਲਾ ਪਾਵਾਂਗੇ, ਕਿਉਂਕਿ ਇਹਨਾਂ ਦੇ MP ਤਾਂ ਰੌਲਾ ਪਾ ਨਹੀਂ ਸਕਦੇ ਆਪਣੇ ਹਾਈਕਮਾਂਡ। ਬਾਲ ਸਾਹਿਬ, ਇੱਕ 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 ਚੀਜ਼ ਤੁਸੀਂ ਨੋਟ ਨਹੀਂ ਕੀਤੀ ਕਿ ਪੂਰੇ ਮੁਲਕ ਦੇ ਵਿੱਚ ਖੇਤਰੀ ਪਾਰਟੀਆਂ ਦਾ ਦਾਇਰਾ ਸੁੰਗੜਦਾ ਜਾ ਰਿਹਾ, ਸੁੰਗੇੜਿਆ ਜਾ ਰਿਹਾ, ਖੇਤਰੀ ਪਾਰਟੀਆਂ ਖਤਮ ਕੀਤੀਆਂ ਜਾ ਰਹੀਆਂ ਨੇ, ਨੈਸ਼ਨਲ ਪਾਰਟੀ ਹਾਵੀ ਹੋ ਰਹੀਆਂ ਨੇ। ਆਹ ਸਟ੍ਰੈਟਜੀ ਹੈ ਨੈਸ਼ਨਲ ਪਾਰਟੀਆਂ ਦੀ, ਖੇਤਰੀ ਪਾਰਟੀਆਂ ਖਤਮ ਕਰ ਦਿਓ। ਅਤੇ ਜੇ ਖੇਤਰੀ ਪਾਰਟੀਆਂ ਖਤਮ ਹੋ ਗਈ, ਇੱਥੇ ਕਿਓਸ ਹੋ ਜੂਗਾ, ਰੀਜਨਸ ਫਿਰ ਤੁਸੀਂ ਦੇਖੋਗੇ ਲੋਪਸਾਈਟਡ ਡਿਵੈਲਪਮੈਂਟ ਹੋਊਗੀ। ਯੈਸ, ਫਿਰ ਸਾਰੀ ਇਨਵੈਸਟਮੈਂਟ ਉੱਥੇ ਨੰਬਰਸ 'ਤੇ ਚਲੇ ਜਾਊਗੀ। ਜਿਵੇਂ ਹਿਮਾਚਲ ਹੈ, ਕਿਸੇ ਨੇ ਪੁੱਛਣਾ ਨਹੀਂ, 4 ਸੀਟਾਂ ਹੈ। ਜੰਮੂ ਕਸ਼ਮੀਰ ਐਡਾ ਵੱਡਾ ਹੈ, 2 ਸੀਟਾਂ ਹੈ। ਇੱਥੇ ਫਿਰ ਸੀਟਾਂ ਦੇ ਹਿਸਾਬ ਨਾਲ ਸਟੇਟ ਡਿਵੈਲਪ ਹੋਣਗੀਆਂ। ਖੇਤਰੀ ਪਾਰਟੀ ਹੈ ਜਿਹੜੀਆਂ ਆਪਣੇ ਸੂਬੇ ਦੀ ਆਵਾਜ਼ ਹੈ, ਉਹ ਲੜਦੀਆਂ ਸਾਡੇ ਵਾਸਤੇ। ਜਿਉਣਾ ਮਰਜਾ ਮਰਨਾ ਪੰਜਾਬ ਹੈ। ਤੁਸੀਂ ਹਿਸਟੋਰੀਕਲੀ ਦੇਖ ਲਓ, ਜੇ ਅਕਾਲੀ ਦਲ ਨਾ ਹੁੰਦਾ, ਪੰਜਾਬ ਦਾ ਪਾਣੀ ਕਾਂਗਰਸ ਨੇ ਤਾਂ ਦਿੱਤਾ ਸੀ ਹਰਿਆਣੇ ਨੂੰ। ਪਹਿਲਾਂ ਜਿਹੜਾ ਰਾਜਸਥਾਨ ਨੂੰ ਗਿਆ ਪਾਣੀ, ਉਹ ਵੀ ਕਾਂਗਰਸ ਨੇ, ਗੁਲਜ਼ਾਰੀ ਨਾ ਨੰਦਾ ਨੇ ਦਿੱਤਾ, ਕਰ ਦਿੱਤਾ, ਦੇਤਾ। ਤੁਸੀਂ ਕਹਿੰਦੇ ਅਕਾਲੀ ਦਲ ਦੀ ਉਹ ਸਰਕਾਰ ਹੁੰਦੀ, ਕੋਈ ਦੇਣ ਦਿੰਦਾ? ਆਹ ਫਰਕ ਹੈ। ਇਸੇ ਕਰਕੇ ਜਿਹੜਾ ਚੰਡੀਗੜ੍ਹ ਦੇ ਵਿੱਚ ਮੈਨੀਫੈਸਟੋ ਜਾਰੀ ਕੀਤਾ ਕਾਂਗਰਸ ਨੇ, ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਸੀ ਸਿਟੀ ਸਟੇਟ ਬਣਾਵਾਂਗੇ। ਤੁਸੀਂ ਉਹਦੀ ਮੁਖਾਲਫਤ ਕੀਤੀ ਹੈ, ਕੱਲ੍ਹ ਮੈਂ ਇੱਕ ਡਿਬੇਟ ਵੀ ਕੀਤੀ ਉਹਨਾਂ ਦੇ ਨਾਲ। ਉਹ ਕਹਿੰਦੇ ਕਿ ਦੇਖੋ, ਚੰਡੀਗੜ੍ਹ ਜਦੋਂ ਬਣਾਇਆ ਗਿਆ ਸੀਗਾ, ਇੱਕ ਘੱਟ ਵਸੋਂ ਲਈ ਬਣਾਇਆ ਗਿਆ ਸੀ, ਹੁਣ ਚੰਡੀਗੜ੍ਹ ਦੇ ਵਿੱਚ ਵਸੋਂ ਜ਼ਿਆਦਾ ਹੋ ਗਈ ਹੈ, ਪਾਪੂਲੇਸ਼ਨ ਜ਼ਿਆਦਾ ਹੋ ਗਈ ਹੈ, ਇਸ ਕਰਕੇ ਹੁਣ ਸਿਟੀ ਸਟੇਟ ਬਣਾਉਣੀ ਪਏਗੀ। ਤੁਸੀਂ ਇਸ ਗੱਲ ਦੇ ਲਈ ਸਹਿਮਤੀ ਕਿਉਂ ਨਹੀਂ ਹੈ? 6 ਲੱਖ ਦੀ ਵੋਟ ਹੈ, 6 ਲੱਖ ਵੋਟਾਂ ਉੱਥੇ ਜੀ। ਫਰੀਦਕੋਟ ਪਾਰਲੀਮੈਂਟ 'ਚ ਹੈਗੀਆਂ 16 ਲੱਖ, ਬਠਿੰਡਾ ਪਾਰਲੀਮੈਂਟ 'ਚ ਹੈਗਾ 16 ਲੱਖ, ਅਤੇ ਕਿੰਨੀ ਪਾਪੂਲੇਸ਼ਨ ਵੱਧ ਗਈ ਉੱਥੇ? ਜਗ੍ਹਾ ਹੀ ਹੈ ਨਹੀਂ ਵਧਾਉਣ ਨੂੰ, ਸਾਰੀ ਪਾਪੂਲੇਸ਼ਨ ਤਾਂ ਪੰਜਾਬ 'ਚ ਵਧੀ ਹੈ। ਐਂਡ ਦੇਸ਼ ਦਾ ਕਾਨੂੰਨ ਹੈ ਕਿ ਜਿਹੜਾ ਨਵੀਂ ਸਟੇਟ ਕਾਰਵ ਆਊਟ ਹੁੰਦੀ ਹੈ ਓਲਡ ਸਟੇਟ 'ਚੋਂ, ਕੈਪੀਟਲ ਓਰੀਜਨਲ ਕੋਲ ਰਹਿੰਦਾ ਹੈ, ਇਕੱਲੀ ਆਪਾਂ ਹੈ। ਐਂਡ ਦੂਜੀ ਗੱਲ, ਕੈਪੀਟਲ ਤਾਂ ਹਰਿਆਣੇ ਦੀ ਵੀ ਹੈ। ਨਹੀਂ, ਕਿਉਂਕਿ ਓਰੀਜਨਲ ਕੋਈ ਵੀ ਨਿਊ ਸਟੇਟ ਡਿਵੈਲਪ ਹੁੰਦੀ ਹੈ ਫਰੋਮ ਦਾ ਓਲਡ ਸਟੇਟ ਜੀ, ਦ ਕੈਪੀਟਲ ਹੈਜ਼ ਟੂ ਰਿਮੇਨ ਵਿਦ ਦਾ ਓਲਡ ਸਟੇਟ, ਦ ਨਿਊ ਸਟੇਟ ਹੈਜ਼ ਟੂ ਮੇਕ ਇਟ ਓਨ ਕੈਪੀਟਲ। ਦੂਜੀ ਗੱਲ, ਜਿਹੜਾ ਕੈਪੀਟਲ ਹੁੰਦਾ ਹੈ, 30-40% ਆਫ ਦਾ GDP ਆਫ ਦਾ ਸਟੇਟ ਇਸ ਰੋਲ ਫਰੋਮ ਦਾ ਕੈਪੀਟਲ। ਭਾਵੇਂ ਬੰਬੇ ਲੈ ਲਓ, ਅਹਿਮਦਾਬਾਦ ਲੈ ਲਓ, ਦਿੱਲੀ ਲੈ ਲਓ, ਹੁਣ ਇਹਨਾਂ ਨੂੰ ਤਾਂ ਆਫੀਸ਼ੀਅਲੀ ਦਿੱਲੀ ਵੀ ਮਿਲ ਗਿਆ ਕੈਪੀਟਲ। ਜੇ ਇੱਦਾਂ ਕੁਛ ਹੁੰਦਾ ਤਾਂ ਫਿਰ ਪੰਜਾਬ ਦਾ ਹੱਕ ਹੈ ਜਿਹੜਾ ਚੰਡੀਗੜ੍ਹ 'ਤੇ, ਜਾਂ ਦਾਅਵਾ ਉਹ ਖਤਮ ਹੋ ਜਾਂਦਾ। ਕਿਹੜਾ ਇਹ ਕਹਿਣਾ ਚਾਹੁੰਦੇ ਹੋ ਵੀ ਪੰਜਾਬ, ਅਸੀਂ ਤਾਂ ਲਗਾਤਾਰ ਅਕਾਲੀ ਦਲ ਕਹਿੰਦਾ ਰਿਹਾ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ, ਪੰਜਾਬ ਜੇ ਉਹਨੂੰ ਕਹਿੰਦੇ ਕਿ ਇੰਡੀਵਿਜੁਅਲ ਅਸੀਂ ਓਬਵੀਅਸਲੀ ਤਾਂ ਫਿਰ ਪੰਜਾਬ ਦਾ ਦਾਅਵਾ ਖਤਮ। ਮੈਂ ਉਹ ਵੀ ਕਹਿ ਰਿਹਾ ਨਾ ਕਿ ਇਹ ਜਿਹੜੀ ਨੈਸ਼ਨਲ ਪਾਰਟੀਆਂ ਹੈ, ਉਹ ਦੇਖਦੀਆਂ ਕਿ ਸਾਨੂੰ ਇੱਕ MP ਆ ਜੇ। ਤੁਸੀਂ ਦੱਸੋ ਕਿਹੜੀ ਕਾਂਗਰਸ ਦੇ ਲੀਡਰ ਪੰਜਾਬ ਨੇ ਇਹਦੇ ਅਪੋਜ਼ ਕੀਤਾ? ਕਿਉਂਕਿ ਉਹ ਨੈਸ਼ਨਲ ਪਾਰਟੀ ਹੈ, ਉਹਨਾਂ ਨੂੰ ਉਹ ਅਪੋਜ਼ ਨਹੀਂ ਕਰ ਸਕਦੇ, ਕਿਉਂਕਿ ਉੱਤੋਂ ਮੈਨੀਫੈਸਟੋ ਬਣ ਕੇ ਆਇਆ। ਆਹ ਫਰਕ ਹੈ। ਸੋ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਹੈ, ਜੇ ਪੰਜਾਬ ਨੂੰ ਬਚਾਉਣਾ, ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰ ਦਿਓ, ਨਹੀਂ ਤਾਂ ਇਹਨਾਂ ਨੇ ਬੁਰਾ ਹਾਲ ਕਰ ਦੇਣਾ, ਫਿਰ ਬਾਅਦ 'ਚ ਆਪਾਂ ਪਛਤਾਵਾਂਗੇ, ਉਦੋਂ ਪਾਣੀ ਉੱਤੋਂ ਸਿਰੋਂ ਦੇ ਟੱਪ ਜੂ। ਮੈਂ ਇਸੇ ਗੱਲ 'ਤੇ ਪਾਣੀ 'ਤੇ ਮੈਨੂੰ ਗੱਲ ਯਾਦ ਆ ਗਈ, ਮੈਂ ਨਹਿਰੀ ਪਟਵਾਰੀਆਂ ਦਾ ਇੱਕ ਮੁੱਦਾ ਚੁੱਕਿਆ ਸੀਗਾ, ਡਿਸਕਸ਼ਨ ਵੀ ਕੀਤੀ ਸੀਗੀ। ਨਹਿਰੀ ਪਟਵਾਰੀਆਂ ਨੇ ਔਨ ਰਿਕਾਰਡ ਇਹ ਗੱਲ ਕਹੀ ਹੈ ਕਿ ਸਾਨੂੰ ਡਿਪਾਰਟਮੈਂਟ ਵੱਲੋਂ ਇਹ ਕਿਹਾ ਜਾ ਰਿਹਾ ਕਿ 20% ਜਿਹੜੀ ਹੈ ਸਿੰਜਾਈ ਨਹਿਰੀ ਪਾਣੀ ਦਾ ਹੁੰਦੀ ਹੈ, ਤੁਸੀਂ 100% ਲਿਖੋ, ਤੁਸੀਂ ਇਹ ਕਹੋ ਕਿ ਪੰਜਾਬ ਦੇ ਕੋਲ ਜਿਹੜਾ ਪਾਣੀ ਉਹ ਸਰਪਲਸ ਪਾਣੀ ਹੈ, ਸਾਨੂੰ ਹੋਰ ਪਾਣੀ ਦੀ ਲੋੜ ਨਹੀਂ ਹੈ। ਇਹਦਾ ਇਸ਼ਾਰਾ ਕਿੱਧਰ ਵੱਲ ਨੂੰ ਜਾਵੇ? ਮੈਂ ਜਿਹੜਾ ਤੁਸੀਂ ਕੁਐਸਚਨ ਦਾ ਜਵਾਬ ਵੀ ਤੁਸੀਂ ਦੇ ਦਿੱਤਾ, ਆ ਨੈਸ਼ਨਲ ਪਾਰਟੀ ਹੈ, ਕੇਜਰੀਵਾਲ ਹਰਿਆਣੇ 'ਚ 6 ਮਹੀਨਿਆਂ ਬਾਅਦ ਅਸੈਂਬਲੀ ਇਲੈਕਸ਼ਨ ਹੈ, ਇਲੈਕਸ਼ਨ ਜਿੱਤਣਾ ਚਾਹੁੰਦਾ ਹੈ। ਆਮ ਆਦਮੀ ਪਾਰਟੀ ਨੇ ਹਰਿਆਣੇ 'ਚ ਅਨਾਊਂਸ ਕੀਤਾ ਕਿ ਅਸੀਂ ਪੰਜਾਬ ਤੋਂ ਪਾਣੀ ਦੇਵਾਂਗੇ, ਅਤੇ ਦਿੱਲੀ ਵੀ ਨੂੰ ਵੀ ਚਾਹੀਦਾ ਪਾਣੀ। ਉਹਨੇ
ਭਗਵੰਤ ਮਾਨ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਜਿਹੜਾ ਸੁਪਰੀਮ ਕੋਰਟ 'ਚ ਕੇਸ ਚੱਲਿਆ, ਸੁਪਰੀਮ ਕੋਰਟ ਨੇ ਸਟੇਟਸ ਰਿਪੋਰਟ ਮੰਗੀ ਹੈ ਅਤੇ ਭਗਵੰਤ ਮਾਨ ਨੇ ਕਿਹਾ ਆਪਣੇ ਪਟਵਾਰੀਆਂ ਤੋਂ ਲਿਖਾ ਕੇ ਦੇ ਦਿਓ, ਅਸੀਂ ਸਟੇਟਸ ਰਿਪੋਰਟ 'ਤੇ ਲਿਖ ਦਾਂਗੇ, ਸਾਡੇ ਕੋਲ ਸਰਪਲਸ ਹੈ ਜੀ। ਅਤੇ ਮੈਂ ਤਾਂ ਮੇਰਾ ਦੱਸਾਂ ਵਧਾਈ ਦੇਣਾ ਚਾਹੁੰਦਾ ਪਟਵਾਰੀਆਂ ਨੂੰ ਜਿਹਨਾਂ ਨੇ ਆਪਣੀ ਨੌਕਰੀ ਛੱਡ ਕੇ ਦੇ ਫਾਈਟਿੰਗ ਦਿਸ ਵਾਰ। ਆ ਸਾਰੇ ਪੰਜਾਬੀਆਂ ਨੂੰ ਲੜਾਈ ਲੜਨੀ ਚਾਹੀਦੀ ਸੀ, ਕਿੰਨੇ ਜੇ ਪਟਵਾਰੀ ਲੜ ਰਹੇ ਆ ਅਤੇ ਹੁਣ ਜੇ ਲਿਖ ਕੇ ਦੇ ਦਿੰਦੇ ਹੈ, ਸੁਪਰੀਮ ਕੋਰਟ ਨੇ ਆਰਡਰ ਕਰ ਦੇਣਾ ਕਿ ਪਾਣੀ ਸਰਪਲਸ ਹਰਿਆਣੇ ਦੇ ਦਿਓ ਦੇ ਦਿਓ, ਅਤੇ ਫਿਰ ਫਿਰ ਕੀ ਹੋਊਗਾ, ਫਿਰ ਕਿੱਡਾ ਵੱਡਾ ਨੁਕਸਾਨ ਹੋ ਜੂਗਾ। ਆਹ ਹੈ ਫਰਕ ਨੈਸ਼ਨਲ ਪਾਰਟੀ ਦਾ। ਚਲੋ ਹੁਣ ਆਪਾਂ ਇਲੈਕਸ਼ਨ ਦੀ ਵੀ ਗੱਲ ਕਰ ਰਹੇ ਹਾਂ, ਤੁਹਾਨੂੰ ਕੀ ਲੱਗਦਾ 13 ਸੀਟਾਂ 'ਤੇ ਕਿੱਥੇ ਕਿੱਥੇ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਆ ਜਿਹੜਾ ਇੱਕ ਟਫ ਫਾਈਟ ਦੇ ਰਿਹਾ? ਉਹ ਬਹੁਤੇ ਲੋਕ ਤਾਂ ਕਹਿੰਦੇ ਕਿ ਅਕਾਲੀ ਦਲ ਮਾਲਵੇ ਦੀਆਂ 2-4 ਸੀਟਾਂ 'ਤੇ ਹੀ ਕਾਬਜ ਆ, ਬਾਕੀ ਸਾਰੀਆਂ ਸੀਟਾਂ 'ਤੇ ਮੁਕਾਬਲੇ ਹੀ ਨਹੀਂ ਆ। ਐਕਤੀ ਦੇਖੋਗੇ ਬਹੁਤ ਚੇਂਜ ਹੈ, ਜਿੰਨੀਆਂ 13 ਸੀਟਾਂ ਹੈ ਅਕਾਲੀ ਦਲ 1 or 2 ਪੋਜੀਸ਼ਨ 'ਤੇ ਹੈ ਐਂਡ ਮਜੋਰਟੀ ਆਫ ਸੀਟਾਂ 'ਤੇ ਅਸੀਂ 1 ਹੈ। ਇੱਕ ਹੋਰ ਵੀ ਦੱਸਾਂ, ਆਮ ਆਦਮੀ ਪਾਰਟੀ ਅਤੇ ਬੀਜੇਪੀ 3-4 ਨੰਬਰ 'ਤੇ ਜਾਊਗੀ ਬਹੁਤ ਸੀਟਾਂ 'ਤੇ। ਪਿੰਡਾਂ ਦੇ ਵਿੱਚ, ਲੋਕਾਂ ਦੇ ਪਿੰਡਾਂ ਦੇ ਵਿੱਚ ਕਿੱਦਾਂ ਦਾ ਰਿਸਪੋਂਸ ਹੈ ਅਕਾਲੀ ਦਲ? ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ ਦਾਅਵਾ ਕੀਤਾ ਜਾ ਰਿਹਾ ਕਿ ਬੀਜੇਪੀ ਇਸ ਵਾਰ ਰਾਮ ਮੰਦਰ ਦਾ ਇਸ਼ੂ ਹੈ ਜਾਂ ਹੋਰ, ਤੁਸੀਂ ਸ਼ਹਿਰਾਂ ਹੋਇਆ ਇਸ ਵਾਰ ਪੰਜਾਬ, ਤੁਸੀਂ ਦੇਖ ਲਿਓ, ਲੁਧਿਆਣਾ ਸੀਟ ਅਕਾਲੀ ਦਲ ਜਿੱਤੂਗਾ, ਪਟਿਆਲਾ ਸੀਟ ਅਕਾਲੀ ਦਲ ਜਿੱਤੂਗਾ, ਅੰਮ੍ਰਿਤਸਰ ਸੀਟ ਅਕਾਲੀ ਦਲ ਜਿੱਤੂਗਾ। ਅਕਾਲੀ ਦਲ 'ਤੇ ਲੋਕਾਂ ਨੂੰ ਫੇਥ ਹੈ, ਉਹਨਾਂ ਨੇ ਰਿਲਾਈਜ਼ ਕੀਤਾ ਹੈ ਕਿ ਜੋ ਡਿਵੈਲਪਮੈਂਟ ਪੰਜਾਬ 'ਚ ਹੋਈ ਹੈ ਜੀ, ਅਰਬਨ ਏਰੀਆ 'ਚ ਰੂਰਲ ਏਰੀਆ 'ਚ, ਇਕੱਲੇ ਅਕਾਲੀ ਦਲ ਨੇ ਕੀਤੀ ਹੈ। ਲੱਗਦਾ ਲੋਕਾਂ ਨੂੰ ਹੁਣ ਉਹ ਡਿਵੈਲਪਮੈਂਟ ਯਾਦ ਆਉਣ ਲੱਗ ਗਈ? ਤੁਸੀਂ ਅੱਜ ਚੰਡੀਗੜ੍ਹੋਂ ਆਏ ਹੋ ਜੀ ਜੀ, ਕਿਹੋ ਜਿਹਾ ਲੱਗਿਆ ਸਫ਼ਰ ਬਠਿੰਡੇ ਦਾ? ਪਤਾ ਨਹੀਂ ਲੱਗਿਆ, ਪਤਾ ਹੀ ਲੱਗਿਆ ਕਿਹੋ ਜਿਹੀਆਂ ਸੜਕਾਂ ਹੈ। ਇੱਥੋਂ ਤੁਸੀਂ ਅੰਮ੍ਰਿਤਸਰ ਜਾਓਗੇ ਉਵੇਂ ਹੀ ਹੈ, ਅੰਮ੍ਰਿਤਸਰ ਤੋਂ ਪਠਾਨਕੋਟ ਜਾਓਗੇ ਉਵੇਂ ਹੀ ਹੈ, ਪਠਾਨਕੋਟ ਤੋਂ ਜਲੰਧਰ ਜਾਓਗੇ ਉਹ ਜਿਹੀਆਂ ਸੜਕਾਂ। ਤੁਸੀਂ ਰਾਹ 'ਚ ਜਾ ਕੇ ਪਾਵਰ ਪਲਾਂਟ ਦੇਖੇ ਹੋਣੇ ਆ, ਉਹ ਵੀ ਅਕਾਲੀ ਦਲ ਨੇ। ਬਠਿੰਡਾ ਵੀ ਏਅਰਪੋਰਟ, ਕੁਛ ਹੋ ਸਕਦਾ ਸੀ ਬਠਿੰਡਾ ਏਅਰਪੋਰਟ ਬਣੂਗਾ, ਕੁਛ ਹੋ ਸਕਦਾ ਸੀ ਮੋਹਾਲੀ 'ਚ ਇੰਟਰਨੈਸ਼ਨਲ ਏਅਰਪੋਰਟ ਆਊਗਾ, ਅੰਮ੍ਰਿਤਸਰ ਇੰਟਰਨੈਸ਼ਨਲ ਵੀ ਬਾਦਲ ਸਾਹਿਬ ਨੇ ਬਣਾਇਆ। ਸੋ ਲੁੱਕ ਐਟ ਦਾ ਇਨਫਰਾਸਟ੍ਰਕਚਰ। ਤੁਸੀਂ ਮੈਨੂੰ ਇੱਕ ਐਗਜ਼ਾਮਪਲ, ਤੁਸੀਂ ਮੈਂ ਮੇਰੀ ਬੇਨਤੀ ਹੈ ਕਿ ਗੱਲ ਕਰੋ, ਤੁਸੀਂ 3 ਪਾਰਟੀ ਸਾਰੇ ਪਾਰਟੀਆਂ ਨੂੰ ਬੁਲਾ ਲਓ, ਉਹਨਾਂ ਤੋਂ ਇੱਕ ਸਵਾਲ ਪੁੱਛੀ ਜਾਓ ਕਿ ਤੁਸੀਂ ਦੱਸੋ ਕੀ ਬਣਾਇਆ, ਰਿਪੋਰਟ ਕਾਰਡ ਕੀ ਹੈ? ਨਹੀਂ ਨਹੀਂ ਰਿਪੋਰਟ ਬੋਰਡ 'ਤੇ ਲਾ ਲਓ, ਇੱਕ ਬੋਰਡ ਲਾ ਲਓ, ਉਹ ਦੱਸਣ 'ਤੇ ਤੁਸੀਂ ਲਿਖੀ ਚੱਲੋ, ਦੇਖੋ ਕਿ ਉਹਦੇ ਥੱਲੇ ਕੀ ਆਉਂਦਾ ਹੈ। ਮੈਂ ਤੁਹਾਨੂੰ ਆ ਦੱਸਾਂ, ਇਟ ਵਿਲ ਬੀ ਐਨ ਆਈ ਓਪਨਰ ਫੋਰ ਪੀਪਲ ਆਫ ਪੰਜਾਬ ਕਿ ਨਾ ਕਾਂਗਰਸ ਦੱਸ ਸਕੂਗੀ ਅਸੀਂ ਕੀ ਬਣਾਇਆ ਪੰਜਾਬ ਬਣਾਇਆ, ਅਤੇ ਨਾ ਝਾੜੂ ਵਾਲੇ ਤਾਂ ਕੁਛ ਕਰਨਾ ਹੀ ਕੀ ਸੀ। ਇਕੱਲੀਆਂ ਸਾਰੀਆਂ ਚੀਜ਼ਾਂ ਭਾਵੇਂ ਫਾਰਮਰ ਵਾਸਤੇ ਹੈ ਭਾਵੇਂ ਗਰੀਬ ਵਾਸਤੇ ਹੈ, ਤੁਸੀਂ ਅਕਾਲੀ ਦਲ ਨੇ ਕੀਤੀਆਂ। ਇਹ ਤੁਸੀਂ ਫਾਰਮਰਸ ਦੀ ਗੱਲ ਕੀਤੀ ਹੈ, ਪਿੰਡਾਂ ਦੇ ਵਿੱਚ ਅਸੀਂ ਲਗਾਤਾਰ ਕਵਰੇਜ ਸਾਡੇ ਕੋਲ ਆਉਂਦੀ ਹੈ ਬੀਜੇਪੀ ਦਾ ਜੰਮ ਕੇ ਵਿਰੋਧ ਹੋ ਰਿਹਾ, ਆਮ ਆਦਮੀ ਪਾਰਟੀ ਦਾ ਵੀ ਕਈ ਥਾਵਾਂ 'ਤੇ, ਖਾਸ ਤੌਰ 'ਤੇ ਬਠਿੰਡਾ ਦੇ ਵਿੱਚ ਖੁੱਡੀਆਂ ਸਾਹਿਬ ਨੂੰ ਕਈ ਵਾਰ ਘੇਰਾ ਪਾਇਆ ਉਹਨਾਂ ਨੇ, ਇਹ ਜਿਹੜਾ ਤਰੀਕਾ ਕਿਸਾਨਾਂ ਦਾ ਉਹਨਾਂ ਨੂੰ ਪ੍ਰਚਾਰ ਕਰਨ ਤੋਂ ਰੋਕਣ ਦਾ, ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਵਿਘਨ ਪਾਉਣ ਦਾ, ਇਹ ਤਰੀਕਾ ਤੁਹਾਨੂੰ ਠੀਕ ਲੱਗਦਾ? ਨਹੀਂ, ਮੈਂ ਬੜਾ ਕਲੀਅਰ ਹਾਂ, ਪ੍ਰਚਾਰ ਕਰਨਾ ਸਾਰਿਆਂ ਦਾ ਹੱਕ ਹੈ। ਆਪਾਂ ਫੋਰਸਫੁਲੀ ਕਿਸੇ ਨੂੰ ਤੁਸੀਂ ਰੋਕਣਾ ਆ ਗਲਤ ਹੈ। ਆਪਾਂ ਵੋਟਾਂ ਪਾਈਏ, ਉਲਟ ਪਾਈਏ, ਜੇ ਪਤਾ ਲੱਗ ਜਮਾਨਤ ਜ਼ਬਤ ਕਰਾ ਦਿਓ, ਮਤਲਬ ਵੋਟਾਂ ਦਾ ਜਵਾਬ ਦਿਓ ਉਹਦਾ, ਵੋਟਾਂ ਦਾ ਜਵਾਬ ਦਈਏ। ਪਰ ਤੁਹਾਨੂੰ ਲੱਗਦਾ ਹੈ ਕਿ ਬਲ ਸਾਹਿਬ ਕਿਸਾਨਾਂ ਦੀ ਗੱਲ ਵੀ ਕਿਤੇ ਨਾ ਕਿਤੇ ਠੀਕ ਹੈ? ਮੈਂ ਕਿਸਾਨਾਂ ਨਾਲ ਚਰਚਾ ਕੀਤੀ, ਉਹ ਕਹਿੰਦੇ ਸਾਨੂੰ ਬਾਰਡਰ ਨੇ ਟੱਪਣ ਦਿੱਤਾ ਇਹਨਾਂ ਨੇ, ਅਸੀਂ ਇਹਨਾਂ ਨੂੰ ਪਿੰਡਾਂ 'ਚ ਕਿਵੇਂ ਵੜਨ ਦਈਏ, ਬਾਰਡਰ 'ਤੇ ਗੋਲੀਆਂ ਚਲਾਉਂਦੇ ਹੈ, ਆਮ ਆਦਮੀ ਪਾਰਟੀ ਕੋਈ ਉਸ 'ਤੇ ਕਾਰਵਾਈ ਨਹੀਂ ਕਰਦੀ। ਕੱਲ੍ਹ ਅਨਿਲ ਵਿਜ ਹੋਰਾਂ ਨੇ ਵੀ ਇਹ ਕਿਹਾ ਕਿ ਮੈਂ ਹੋਮ ਮਿਨਿਸਟਰ ਸੀਗਾ ਜਦੋਂ ਗੋਲੀ ਚੱਲੀ ਹੈ, ਮੈਂ ਜ਼ਿੰਮੇਵਾਰੀ ਲੈਂਦਾ ਕਿ ਗਲਤੀ ਸੀਗੀ ਸਰਕਾਰ ਦੀ। ਮਤਲਬ ਇੱਕ ਸਰਕਾਰ ਤਾਂ ਗਲਤੀ ਮੰਨ ਰਹੀ ਹੈ ਅਤੇ ਦੂਜੀ ਸਰਕਾਰ ਕਾਰਵਾਈ ਨਹੀਂ ਕਰ ਰਹੀ। ਜਿਹੜਾ ਇਸ਼ੂ ਜਿਹੜਾ ਹੁਣ ਉਹੀ ਹੋ ਰਿਹਾ ਨਾ
ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਜਿਹੜਾ ਜਿਹੜਾ ਬਾਰਡਰ 'ਤੇ ਰੋਕਿਆ ਗਿਆ ਜੀ, ਆ ਸਟ੍ਰੈਟਜੀ ਨਾਲ ਰੋਕਿਆ ਗਿਆ। ਆ ਸਟ੍ਰੈਟਜੀ ਸੀ ਭਗਵੰਤ ਮਾਨ ਅਤੇ ਹੋਮ ਮਿਨਿਸਟਰ ਇੰਡੀਆ ਦੀ ਜੁਆਇੰਟ ਵੈਂਚਰ ਓਪਰੇਸ਼ਨ ਸੀ। ਐਂਡ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਦਾ ਜੀ, ਭਗਵੰਤ ਮਾਨ ਨੇ ਜਿਵੇਂ ਸ਼ਿਵ ਸੈਨਾ ਤੋੜੀ ਹੈ ਬੀਜੇਪੀ ਨੇ, ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾ ਰਿਹਾ। ਉਹਦੀ ਫਾਈਲ ਸਾਰੀ ਲਿਕਰ ਸਕੈਮ ਦੀ ਹੋਮ ਮਿਨਿਸਟਰ ਇੰਡੀਆ ਕੋਲ ਪਈ ਹੈ, ਉਹਨੇ ਕਲੀਅਰ ਕੀਤਾ ਹੈ। ਤਾਂ ਹੀ ਉਹ ਤੁਸੀਂ ਦੇਖਿਆ ਪੰਜਾਬ ਵਿੱਚ ਬਾਰਡਰ ਲਾਇਆ, ਹਰਿਆਣੇ ਦੀ ਪੁਲਿਸ ਨੇ ਗੋਲੀਆਂ ਚਲਾਈਆਂ, ਇੱਥੇ ਚੁੱਪ ਕਰਕੇ ਬੈਠੇ ਰਹੇ। ਜੇ ਅਕਾਲੀ ਸਰਕਾਰ ਹੁੰਦੀ ਕੀ ਉਹਨਾਂ ਦੀ ਹਿੰਮਤ ਸੀ ਕਰਨ ਦੀ? ਅਸਲ ਰਲੇ ਹੈ ਸਾਰੇ ਉੱਤੇ, ਆਮ ਆਦਮੀ ਦੇ ਖਿਲਾਫ ਉਹਦੇ ਕੇਜਰੀਵਾਲ ਨੂੰ ਟਾਰਗੇਟ ਕਰਤਾ, ਇਹਨੂੰ ਬਚਾ ਕੇ ਰੱਖਿਆ, ਇਹਨੂੰ ਕਿਹਾ ਤੂੰ ਸਾਡੇ ਹਿਸਾਬ ਨਾਲ ਚੱਲਣਾ। ਸੋ ਇਸ ਗੇਮ ਚੱਲੀ ਜਾਂਦੀ ਹੈ ਕਿਉਂਕਿ ਪਾਲਿਸੀ ਤਾਂ ਸੇਮ ਹੀ ਉਹਦਾ ਰੈਪਲੀਕਾ ਹੀ ਹੈ ਪੰਜਾਬ ਦੇ, ਇੱਥੇ ਵੱਡੇ ਹੀ ਹੈ, ਇੱਥੇ ਉਹ ਤੋਂ ਵੀ ਜ਼ਿਆਦਾ ਕਨਸੈਸ਼ਨ ਦੇਤੇ ਹੈ, ਸੇਮ ਠੇਕੇਦਾਰ ਹੈ, ਸੇਮ ਬੰਦੇ ਆ ਜਿਨ੍ਹਾਂ ਨੇ ਉੱਥੇ ਸੀ ਤਾਂ ਇੱਥੇ ਹੈ। ਪਰ ਭਗਵੰਤ ਮਾਨ ਦੀਆਂ ਜਿੰਨੀਆਂ ਵੀ ਸਪੀਚਾਂ ਅੱਜ ਕੱਲ੍ਹ ਚੱਲ ਰਹੀਆਂ ਸਾਰੀਆਂ, ਉਹ ਤਾਂ ਤੰਜ ਤੁਹਾਡੇ 'ਤੇ ਹੀ ਕੱਸ ਰਿਹਾ, ਅਕਾਲੀ ਦਲ 'ਤੇ, ਬਾਦਲ ਪਰਿਵਾਰ 'ਤੇ, ਕਿਉਂਕਿ ਬਠਿੰਡਾ ਸੀਟ ਵੀ ਹਾਰ ਜਾਣੀ ਹੈ ਇਸ ਵਾਰ, ਕਿਉਂਕਿ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕੀ। ਉਹ ਸੋਚਦੇ ਸੀ ਅਕਾਲੀ ਦਲ ਨੂੰ ਖਤਮ ਕਰ ਦਿੱਤਾ, ਐਂ ਨਹੀਂ ਪਤਾ ਹੋਇਆ ਕਿ ਅਕਾਲੀ ਦਲ ਇੱਕ ਬੈਕ ਵਿਦ ਵੈਂਜੈਂਸ। ਮੈਨੂੰ ਲੱਗ ਰਿਹਾ ਉਹਨੂੰ ਖਤਰਾ ਅਕਾਲੀ ਦਲ ਤੋਂ, ਪਹਿਲਾਂ ਅਕਾਲੀ ਦਲ ਤੋਂ ਹੈ, ਤੁਸੀਂ ਜਿੱਥੇ ਵੀ ਦੇਖ ਲਓ ਅਕਾਲੀ ਦਲ ਤੋਂ ਕਰ ਰਿਹਾ। ਆਪਣੀਆਂ ਸਪੀਚਾਂ ਦੇ ਵਿੱਚ ਜੋ ਵੀ ਬੋਲ ਰਹੇ ਹਾਂ, ਉਹਨਾਂ ਨੇ ਫਿਰ ਇੱਕ ਇੱਕ ਦੀ ਗੱਲ ਕੀਤੀ, ਆਪਣੀ ਸਪੀਚਾਂ 'ਚ, ਆਪਣੀ ਸਪੀਚਾਂ 'ਚ ਕਿਤੇ ਕਿਹਾ ਹੈ ਕਿ ਮੈਂ ਆਹ ਸੜਕ ਬਣਾਈ, ਆਹ ਡਿਵੈਲਪਮੈਂਟ ਕੀ, ਆਹ ਪ੍ਰੋਜੈਕਟ ਲਿਆਂਦਾ, ਆਹ ਸੋਚਦਾ ਕਿ ਮੈਂ ਹਲੇ ਵੀ ਕਲਾਕਾਰ ਹਾਂ, ਮੈਨੂੰ ਪੇਮੈਂਟ 'ਤੇ ਮੈਂ ਆਇਆ ਅਤੇ ਪੇਮੈਂਟ 'ਤੇ, ਉਹਦੀ ਹਲੇ ਉਹ ਆਦਤ ਉਹ ਪੁਰਾਣੀ ਗਈ ਨਹੀਂ। ਅੱਜ ਉਹ ਕਲਾਕਾਰ ਨਹੀਂ ਹੈ, ਉਹ ਮੁੱਖ ਮੰਤਰੀ ਹੈ, ਮੁੱਖ ਮੰਤਰੀ ਰਿਸਪੋਂਸੀਬਲ ਹੈ। ਹੁਣ ਮੁੱਖ ਮੰਤਰੀ ਗੱਡੀ 'ਤੇ ਚੜ੍ਹ ਕੇ ਡਰੰਕ ਹੋਏ ਅਤੇ ਉੱਤੇ ਬੋਤਲ ਪਾਣੀ ਦੀ ਸਿਰ 'ਚ ਪਾ ਦੇ ਜੂਠੇ ਪਾਣੀ, ਅਤੇ ਕੀ ਆ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ? ਨਿਬਰਪਾਲ ਸਾਹਿਬ, ਤੁਹਾਨੂੰ ਲੱਗਦਾ ਕਿ ਲੋਕ ਇਹਨਾਂ ਚੀਜ਼ਾਂ ਨੂੰ ਹੁਣ ਸੀਰੀਅਸ ਲੈਣ ਲੱਗ ਗਏ ਵੀ ਯਾਰ ਕੌਮਿਕ ਰੋਲ ਬਹੁਤ ਹੋ ਗਿਆ, ਮਸਖਰੀਆਂ ਬਹੁਤ ਹੋ ਗਈਆਂ, ਤੁਸੀਂ ਜਿਸ ਤਰ੍ਹਾਂ ਦੀ ਮਰਜ਼ੀ ਤੁਸੀਂ ਸਪੀਚ ਦਿੰਦੇ ਹੋ ਬਹੁਤ ਹੋ ਗਈ, ਹੁਣ ਸੀਰੀਅਸਨੈਸ ਵਾਕਈ ਹੈਗੀ ਹੈ? ਕਿਉਂਕਿ ਇੱਕ ਦੌਰ ਐਸਾ ਪੰਜਾਬ ਦੇ ਵਿੱਚ ਆ ਗਿਆ ਸੀ ਕਿ ਲੋਕਾਂ ਨੂੰ ਐਂ ਲੱਗਣ ਲੱਗ ਗਿਆ ਸੀ ਸੀਰੀਅਸਨੈਸ ਸਿਆਸਤ 'ਚੋਂ ਖਤਮ ਹੁੰਦੀ ਜਾ ਰਹੀ ਸੀ, ਕਿਉਂਕਿ ਉਦੋਂ ਉਹਨਾਂ ਨੇ ਸੋਚਿਆ ਸੀ ਸ਼ਾਇਦ ਇਹੋ ਜਿਹੇ ਬੰਦੇ ਹੀ ਵਧੀਆ ਚਲਾਉਣਗੇ ਸਰਕਾਰ। ਹੁਣ ਉਹਨਾਂ ਨੇ ਦੇਖਿਆ ਕਿ ਆਹ ਬੰਦਿਆਂ ਨੇ ਤਾਂ ਪੱਠਾ ਪਾਤਾ, ਨਾ ਉਹਦੇ ਰਿਲਾਈਜ ਕਿ ਅਸੀਂ ਵੀ ਮੇਡ ਅ ਬਲੰਡਰ। 10 ਸਾਲ ਪੰਜਾਬ ਦੇ ਲੋਕਾਂ ਨੇ ਆਪਣੀ ਜ਼ਿੰਦਗੀ ਖਰਾਬ ਕਰ ਲਈ, 5 ਸਾਲ ਕੈਪਟਨ ਹੀ ਘਰੋਂ ਨਿਕਲਿਆ, 5 ਸਾਲ ਆਹ ਹੋ ਗਏ, 10 ਸਾਲ ਬਹੁਤ ਹੁੰਦੇ ਆ, ਜਿਹੜਾ 20 ਸਾਲਾਂ ਦਾ ਬੱਚਾ 30 ਸਾਲ ਦਾ ਹੋਇਆ ਜੀ ਜੀ, ਅਤੇ ਹੁਣ ਹੁਣ ਜਵਾਂ ਨਾਲ ਦੇ ਸੂਬੇ ਆਪਣੇ ਕਿੱਥੇ ਪਹੁੰਚ ਗਏ, ਕਿੱਥੇ ਪਹੁੰਚ ਗਏ ਜੇ ਇਹੋ ਜਿਹਾ ਬੰਦਾ ਹੋਰ ਚੁਣ ਲਿਆ 5 ਸਾਲ, ਉਹਦੇ ਬਾਅਦ 5 ਸਾਲ ਹੋਰ ਚੁਣ ਲਿਆ, ਫਿਰ ਇੱਥੇ ਰਹਿਣ ਦੀ ਲੋੜ ਹੀ ਨਹੀਂ, ਫਿਰ ਆਪਾਂ ਦੂਜੇ ਸੂਬਿਆਂ ਜਾਈਏ ਜਿੱਥੇ ਡਿਵੈਲਪਮੈਂਟ ਹੈ, ਇੱਥੇ ਤਾਂ ਕਿਓਸ ਹੋ ਜੂਗਾ। 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜੀ ਵੋਟ ਪਈ, ਉਹ ਵੋਟ ਸ਼ੇਅਰ ਜਿਹੜਾ ਤੁਹਾਡੇ ਮੁਤਾਬਕ ਉਹ ਡਗਮਗਾਏਗਾ, ਉਹ ਹਿੱਲੇਗਾ, ਉਹ ਵਾਪਸ ਆਏਗਾ, ਉਹ ਤੁਸੀਂ ਇੰਨੇ ਸ਼ਿਓਰ ਕਿਉਂ ਕਿ ਤੁਹਾਡੇ ਕੋਲ ਹੀ ਵਾਪਸ ਆਏਗਾ? ਵਾਈ ਨੋਟ ਕਾਂਗਰਸ? ਕਾਂਗਰਸ ਤਾਂ ਕਹਿੰਦੀ ਅਪਰ ਹੈਂਡ ਸਾਡਾ, ਅਸੀਂ ਘੱਟੋ ਘੱਟ 8 ਤੋਂ 9 ਸੀਟਾਂ ਲੈ ਕੇ ਜਾ ਰਹੇ ਪੰਜਾਬ 'ਚ। ਰੀਜ਼ਨ ਹੈ ਵੀ ਰਿਪ੍ਰਜੈਂਟ ਪੰਜਾਬ, ਕਾਂਗਰਸ ਡਜ਼ ਨਾਟ ਰਿਪ੍ਰਜੈਂਟ ਪੰਜਾਬ, ਅਸੀਂ ਕਿਸਾਨੀ ਨੂੰ ਰਿਪ੍ਰਜੈਂਟ ਕਰਦੇ ਹਾਂ, ਗਰੀਬ ਨੂੰ, ਵਪਾਰੀ ਨੂੰ, ਲੋਕਾਂ ਨੇ ਸਾਡੀ ਡਿਵੈਲਪਮੈਂਟ ਦੇਖੀ ਹੈ, ਸਾਡੀ ਕ੍ਰੈਡੀਬਿਲਟੀ ਹੈ। ਕਾਂਗਰਸ ਦੀ ਕਿਹੜੀ ਕ੍ਰੈਡੀਬਿਲਟੀ ਹੈ? ਅੱਧੀ ਕਾਂਗਰਸ ਤਾਂ ਬੀਜੇਪੀ ਚਲੇਗੀ, ਅਗਲੇ ਸਾਲ ਇਲੈਕਸ਼ਨ ਹੋਣਗੇ ਨਾ ਅਸੈਂਬਲੀ ਦੇ, ਇਹਨਾਂ ਕੋਲ ਕੈਂਡੀਡੇਟ ਨਹੀਂ ਹੋਣੇ 117 'ਚ, ਮੈਨੂੰ ਲੱਗਦਾ ਇੱਕ ਇੱਕ ਕੈਂਡੀਡੇਟ ਨੂੰ 4-4 ਸੀਟਾਂ 'ਤੇ ਲੜਾਉਣਗੇ।
ਕ੍ਰੈਡੀਬਿਲਟੀ ਅਕਾਲੀ ਦਲ ਦੀ ਹੈ, ਕਿਸੇ ਦੀ ਹੋਰ ਕ੍ਰੈਡੀਬਿਲਟੀ ਨਹੀਂ ਹੈ। ਪੰਜਾਬ ਦੇ ਵਿੱਚ ਇਸ ਗੱਲ ਦਾ ਅਸਰ ਪੈ ਰਿਹਾ ਕਿ ਸੈਂਟਰ ਦੇ ਵਿੱਚ ਤਾਂ ਇਹ ਅਲਾਇੰਸ 'ਚ ਹੈ, ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਥੇ ਇਕੱਲੇ ਇਕੱਲੇ ਲੜ ਰਹੇ ਹਾਂ, ਔਰ ਚੰਡੀਗੜ੍ਹ ਦੇ ਵਿੱਚ ਵੀ ਇਕੱਠੇ ਲੜ ਰਹੇ ਹਾਂ, ਇੱਥੇ ਵੀ ਇਕੱਠੇ ਹੈ, ਇੱਥੇ ਕਿਉਂ ਨਹੀਂ ਇਹਨਾਂ ਨੇ ਜੁਆਇਨ ਕੀਤਾ? ਕਿਉਂਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਇੰਨਾ ਡਿੱਗ ਪਿਆ ਅਤੇ ਕਾਂਗਰਸ ਨੇ ਕਿਹਾ ਸਟ੍ਰੈਟਜਿਕਲੀ ਕਿ ਅਸੀਂ ਵੀ ਤੁਹਾਡੇ ਨਾਲ ਡੁੱਬ ਜਾਵਾਂਗੇ, ਡੁੱਬ ਜਾਵਾਂਗੇ ਅਤੇ ਆਪਾਂ ਫਰੈਂਡਲੀ ਮੈਚ ਕਰੀਏ, ਜਿੱਥੇ ਇੱਕ ਜਗ੍ਹਾ ਤੁਸੀਂ ਆਪਣਾ ਸਟਰੋਂਗ ਦੇ ਦਿਓ, ਮੈਂ ਅਸੀਂ ਵੀਕ ਦੇ ਦਾਂਗੇ, ਜਿੱਥੇ ਉਹਦਾ ਵੀਕ ਹੈ ਇੱਧਰ ਦੂਜੀ ਪਾਰਟੀ ਨੇ ਸਟਰੋਂਗ ਕਰਤਾ, ਤੁਸੀਂ ਦੇਖ ਲਓ ਸਾਰੇ ਐਨ ਇਕੱਠੇ ਪਲੈਨਿੰਗ ਨਾਲ ਚੱਲ ਰਹੇ ਹੈ। ਬਠਿੰਡਾ ਦੇ ਵਿੱਚ ਜੇ ਬਠਿੰਡਾ ਸੀਟ ਦੀ ਗੱਲ ਕਰੀਏ, ਜਿਹੜੇ ਉਮੀਦਵਾਰ ਨੇ ਉਹ ਕਿਤੇ ਨਾ ਕਿਤੇ ਤੁਹਾਡੀ ਪਾਰਟੀ ਤੋਂ ਹੀ ਨਿਕਲੇ ਹੋਏ ਨੇ ਜਾਂ ਹਾਲੇ ਵੀ ਨੇ, ਭਾਵੇਂ ਉਹ ਬੀਜੇਪੀ ਦੀ ਗੱਲ ਕਰ ਲਓ, ਭਾਵੇਂ ਕਾਂਗਰਸ ਦੀ ਗੱਲ ਕਰ ਲਓ, ਫਿਰ ਤੁਹਾਨੂੰ ਇਹਦਾ ਟਾਰਗੇਟ ਇੱਕ ਇੰਡੀਵਿਜੁਅਲ ਕੈਂਡੀਡੇਟ ਲੱਗਦਾ ਜਾਂ ਪਾਰਟੀ ਲੱਗਦੀ ਹੈ ਕਿ ਬਾਦਲ ਪਰਿਵਾਰ ਨੂੰ ਉਹਨਾਂ ਨੇ ਡੈਂਟ ਮਾਰਨ ਦੇ ਲਈ ਉਹ ਬੰਦੇ ਖੜੇ ਕੀਤੇ? ਬੇਸਿਕਲੀ ਉਹਨਾਂ ਕੋਲ ਕੋਈ ਆਪਣੀ ਲੀਡਰਸ਼ਿਪ ਤਾਂ ਹੈ ਨਹੀਂ ਉਹਨਾਂ ਦੀ, ਅੱਧੀ ਕਾਂਗਰਸ ਜਿਵੇਂ ਮੈਂ ਕਿਹਾ ਛੱਡ ਕੇ ਚਲੀ ਗਈ। ਅੱਜ ਤੁਸੀਂ ਦੇਖੋ ਰੋਜ਼ ਪਤਾ ਲੱਗਦਾ ਹੈ ਅੱਜ ਬੰਦਾ ਕਿਹੜੀ ਪਾਰਟੀ 'ਚ ਕਦੋਂ ਹੈ, ਸ਼ਾਮ ਤੱਕ ਕਿਸੇ ਪਾਰਟੀ 'ਚ ਹੁੰਦਾ, ਸਵੇਰੇ ਕਿਸੇ ਪਾਰਟੀ 'ਚ ਹੁੰਦਾ, ਸ਼ਾਮ ਨੂੰ ਕਿਸੇ ਹੋਰ ਚਲੇ ਜਾਂਦਾ। ਸੋ ਐਕਚੁਲੀ ਪਹਿਲੀ ਵਾਰ ਜ਼ਿੰਦਗੀ 'ਚ ਦੇਖਿਆ ਜੋ ਹਾਲਾਤ ਅੱਜ ਪੋਲੀਟੀਕਲ ਹਾਲਾਤ ਬਣ ਗਏ, ਪਤਾ ਨਹੀਂ ਲੱਗਦਾ ਕਿਹੜਾ ਕਿੱਥੇ ਜਾਂਦਾ। ਪੰਜਾਬ 'ਚ ਤਾਂ ਕਦੇ ਅਜਿਹਾ ਦੌਰ ਨਹੀਂ ਦੇਖਿਆ, ਪਰ ਇਸ ਵਾਰ ਪਹਿਲੀ ਵਾਰੀ ਹੈ ਟਿਕਟਾਂ ਦੇਣ ਦੇ ਬਾਵਜੂਦ ਵੀ ਬੰਦੇ ਪਾਰਟੀ ਛੱਡ ਕੇ ਚਲੇ ਜਾਂਦੇ। ਮੈਂ ਦੁਬਾਰਾ ਫਿਰ ਬਠਿੰਡਾ ਦਾ ਐਂਟੀ ਇਨਕੰਬੈਂਸੀ ਦਾ ਵੀ ਥੋੜ੍ਹਾ ਜਿਹਾ ਬਲ ਸਭ ਤੁਹਾਨੂੰ ਲੱਗਦਾ ਕਿ ਫਰਕ ਪਏਗਾ? ਬੀਬਾ ਜੀ ਤਿੰਨ ਵਾਰ MP ਬਣ ਚੁੱਕੇ ਨੇ, ਉਹ ਚੌਥੀ ਵਾਰੀ ਲੋਕ ਕਿਉਂ ਚੁਣਨਗੇ? ਕਿਉਂਕਿ ਨਾ ਕਿ ਤੁਸੀਂ ਜਦੋਂ ਬਦਲਾਅ ਦੀ ਗੱਲ ਕਰਦੇ ਹੋ, ਐਂਟੀ ਇਨਕੰਬੈਂਸੀ ਦੀ ਗੱਲ ਕਰਦੇ ਹੋ, ਫਿਰ ਉਹਦਾ ਫਰਕ ਨਹੀਂ ਹੈ? ਕਿਤੇ ਕਿਤੇ ਐਂਟੀ ਇਨਕੰਬੈਂਸੀ, ਕਿਤੇ ਪ੍ਰੋ ਇਨਕੰਬੈਂਸੀ ਹੁੰਦੀ ਹੈ। ਜੋ ਕੰਮ ਹਰਸਿਮਰਤ ਨੇ ਇੱਥੇ ਕੀਤੇ ਹੈ ਇਹਦਾ ਕੰਪੇਅਰ ਕੋਈ ਹੋ ਨਹੀਂ ਸਕਦਾ। ਪਾਰਲੀਮੈਂਟ ਵਿੱਚ ਭਾਵੇਂ ਕਿਸਾਨ ਦੀ ਬੰਦੀ ਸਿੱਖਾਂ ਦੀ ਗੱਲ ਆ, ਕਿਸਾਨਾਂ ਦੀ ਗੱਲ ਆ, ਪੰਜਾਬ ਦੀ ਗੱਲ ਆ, ਜਿਵੇਂ ਉਹਨਾਂ ਨੇ ਠਾਇਆ, ਜਿਵੇਂ ਉਹਨਾਂ ਨੂੰ ਬੈਸਟ ਪਾਰਲੀਮੈਂਟੇਰੀਅਨ ਦਾ ਅਵਾਰਡ ਮਿਲਿਆ, ਕਲੀਅਰਲੀ ਲੋਕਾਂ ਦੀ ਐਪਰੀਸੀਏਸ਼ਨ ਹੈ। ਐਂਡ ਤੁਸੀਂ ਦੇਖੋਗੇ ਦਿਸ ਟਾਈਮ ਸ਼ੀਲ ਵਿਨ ਬਾਏ ਦਾ ਹਾਈਐਸਟ ਮਾਰਜਨ ਫਰੋਮ ਦਾ ਲਾਸਟ 3 ਇਲੈਕਸ਼ਨ ਆਲਸੋ। ਕੀ ਬਾਤ, ਤੁਸੀਂ ਕਿਉਂ ਨਹੀਂ ਇਲੈਕਸ਼ਨ ਲੜੀ ਬਾਲ ਸਾਹਿਬ? ਲੋਕ ਤਾਂ ਕਹਿੰਦੇ ਕਿ ਫਿਰੋਜ਼ਪੁਰ ਤੋਂ ਇਸ ਵਾਰ ਬੜਾ ਗਰਾਊਂਡ ਸਹੀ ਸੀਗਾ, ਜੇ ਸੁਖਬੀਰ ਬਾਦਲ ਲੜਦੇ ਤਾਂ ਸੀਟ ਨਿਕਲ ਸਕਦੀ। ਮੈਨੂੰ ਮੇਰਾ ਜੀ ਨਹੀਂ ਲੱਗਦਾ ਉੱਥੇ ਦਿੱਲੀ, ਸੀ ਆਮ ਪੰਜਾਬ ਦੇ ਵਿੱਚ ਰਹਿਣਾ ਮੈਨੂੰ ਪਸੰਦ ਹੈ, ਅਤੇ ਨਾਲੇ ਦੂਜੀ ਗੱਲ ਮੈਂ ਲੀਡ ਕਰ ਰਿਹਾ ਫਰੰਟ ਤੋਂ, ਤੁਸੀਂ ਦੇਖਿਓ 3 ਮਹੀਨੇ ਹੋ ਗਏ ਮੈਨੂੰ ਨਿਕਲੇ ਤੋਂ। ਸੋ ਮੈਂ ਜਸਟਿਸ ਦੇ ਪਾ ਰਿਹਾ ਕਿ ਜਿਵੇਂ ਆਪਣੇ ਹਲਕੇ ਜਾ ਕੇ ਜੀ, ਸੋ ਮੇਰੀ ਰਿਸਪੋਂਸੀਬਿਲਟੀ ਪਾਰਟੀ ਦੀ ਪੂਰੀ ਪੰਜਾਬ ਦੀ, ਇਸ ਕਰਕੇ ਮੈਂ ਨਹੀਂ ਲੜ ਰਿਹਾ। ਤੁਸੀਂ ਕਹਿ ਰਹੇ ਹੋ ਕਿ 3 ਮਹੀਨੇ ਹੋ ਗਏ ਮੈਨੂੰ ਨਿਕਲਿਆ ਪੰਜਾਬ 'ਚੋਂ, ਅਤੇ ਭਗਵੰਤ ਮਾਨ ਕਹਿੰਦਾ ਤਾਂ ਇੱਕ ਦਿਨ ਨਹੀਂ ਧੁੱਪੇ ਨਿਕਲ ਸਕਦੇ ਸੁਖਬੀਰ ਸਿੰਘ ਬਾਦਲ, ਉਹ ਕਹਿੰਦੇ ਵੀ ਜੇ ਉਹ ਧੁੱਪੇ ਨਿਕਲ ਜਾਣਗੇ ਤਾਂ ਵਾਪਸੀ ਉਹਨਾਂ ਨੂੰ 4 ਬੰਦੇ ਲੈ ਕੇ ਆਉਣਗੇ। ਚਲੋ ਹੁਣ ਉਹਦੀ ਮੈਂ ਰਿਪਲਾਈ ਕੀ ਕਰਾਂ, ਉਹਦਾ ਮੈਂਟਲ ਬੰਦਾ ਹੋਇਆ ਪਿਆ, ਉਹ ਤਾਂ ਇੰਨੀ ਖੁਸ਼ੀ 'ਚ ਹੈ ਕਿ ਮੈਂ ਚੀਫ ਮਿਨਿਸਟਰ ਆਇਆ, ਕਿ ਉਹਦੀ ਖੁਸ਼ੀ ਸੰਭਾਲੀ ਨਹੀਂ ਜਾਂਦੀ, ਬਸ ਉਹਦੀ ਫੀਲਿੰਗ ਹੀ ਚੀਫ ਮਿਨਿਸਟਰੀ ਲਈ ਜਾਂਦਾ, ਉਹ ਅਤੇ ਉਹਦੀ ਫੈਮਿਲੀ, ਕਿ ਅਸੀਂ ਅੱਗੇ ਪੁਲਿਸ ਸਲੂਟ ਮਾਰਦੀ ਹੈ, DC SSP ਅੱਗੇ ਹੈ, ਹੁਣ 24 ਘੰਟੇ ਉਹਦਾ ਬਸ ਫੀਲਿੰਗ, ਬਸ ਇਕੱਲੀ ਫੀਲਿੰਗ ਲੈਂਦਾ, ਰਿਸਪੋਂਸੀਬਿਲਟੀ ਨਹੀਂ ਲੈ ਰਿਹਾ ਚੀਫ ਮਿਨਿਸਟਰ ਦੀ। ਇਹ 2-3 ਬਸ ਮੇਰੇ ਸਵਾਲ ਹੈ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ। ਜਿਹੜੀ ਵਾਰ ਵਾਰ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਵਿਕਾਸ ਤੁਸੀਂ ਕਰਾਇਆ, ਉਹ ਕਹਿੰਦਾ ਕਿ ਦੇਖੋ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ, ਮੁਹੱਲਾ ਕਲੀਨਿਕ ਬਣਾਏ ਹਾਂ, ਇਹਨਾਂ ਬਿਹਾਫ 'ਤੇ ਅਸੀਂ ਵੋਟਾਂ ਦੀ ਮੰਗ ਕਰਦੇ ਹਾਂ ਕਿ ਲੋਕ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਿਜਲੀ ਦੇ ਬਿੱਲ ਹੀ ਨਹੀਂ ਆ ਰਹੇ ਉਹ ਸਾਨੂੰ ਵੋਟਾਂ ਪਾਉਣਗੇ। ਬਿਜਲੀ ਫ੍ਰੀ ਜਿਹੜੇ ਦੇ ਰਹੇ ਹੈ ਉਹ ਬਿਜਲੀ ਪੈਦਾ ਕਿਹਨੇ ਕੀਤੀ? ਅਕਾਲੀ ਦਲ ਨੇ। ਜੇ ਪੈਦਾ ਨਹੀਂ ਹੁੰਦੀ ਤਾਂ ਇਹਨਾਂ ਨੂੰ ਫ੍ਰੀ ਕਿੱਥੋਂ ਦੇ ਸਕਦੇ ਸੀ? ਉਹ 200 ਯੂਨਿਟ ਤਾਂ ਅਸੀਂ ਵੀ ਦਿੰਦੇ ਸੀ, ਅਸੀਂ ਆਟਾ ਦਾਲ ਵੀ ਦਿੰਦੇ ਸੀ, ਸ਼ਗਨ ਵੀ ਦਿੰਦੇ ਸੀ, ਪੈਨਸ਼ਨਾਂ ਵੀ ਦਿੰਦੀਆਂ ਸੀ। ਜਿਹੜਾ ਬੰਦ ਹੈ, ਜਿਹੜਾ ਸੇਵਾ ਕੇਂਦਰ ਮੈਂ ਖੋਲ੍ਹੇ ਉਹ ਬੰਦ ਕਰਤੇ, ਉਸੇ ਬਿਲਡਿੰਗ ਰੰਗ ਚੇਂਜ ਕਰਕੇ ਮੁਹੱਲਾ ਕਲੀਨਿਕ ਬਣਾਤਾ, ਜਿਹੜੇ ਪਿੰਡ ਦੇ ਡਾਕਟਰ ਸੀ ਚੱਕ ਕੇ ਉੱਥੇ ਭੇਜਤੇ, ਹੁਣ ਪਿੰਡ 'ਚ ਡਾਕਟਰ ਹੈ ਨਹੀਂ। ਨਵੀਂ ਚੀਜ਼ ਬਣਾਉਣ,
ਕਿ ਨਵਾਂ ਅਲੱਗ ਬਣਾਤਾ ਮੁਹੱਲਾ ਕਲੀਨਿਕ, ਆ ਨਵੇਂ ਡਾਕਟਰ ਰਿਕਰੂਟ ਕੀਤੇ, ਫਿਰ ਤਾਂ ਕਹੀਏ ਜੇ ਇੱਕੋ ਹੀ ਚੀਜ਼ ਨੂੰ ਘੁਮਾ ਘੁਮਾ ਕੇ ਕਰੀ ਚੱਲੋ ਵੱਡਾ ਨੁਕਸਾਨ ਪੰਜਾਬ ਦਾ ਹੋਣਾ ਹੈ। ਅੱਜ ਡਿਮਾਂਡ ਤੁਸੀਂ ਦੇਖੋ 14,000 ਮੈਗਾਵਾਟ ਆ ਗਈ। ਹਾਂਜੀ ਜੀ, ਪ੍ਰੋਡਕਸ਼ਨ ਅਸੀਂ ਛੱਡ ਕੇ ਗਏ ਸੀ ਉਦੋਂ, ਅਸੀਂ 2000 ਸਰਪਲਸ ਤੇ ਛੱਡ ਕੇ ਗਏ ਸੀ ਜੀ ਜੀ। ਅੱਜ ਡੈਫੀਸਿਟ ਤੇ ਹੋ ਗਈ ਕਿਉਂਕਿ ਪਿਛਲੇ 7-8 ਸਾਲ ਕਿਸੇ ਨੇ ਕੋਈ ਨਵੀਂ ਯੂਨਿਟ ਨਹੀਂ ਬਣਾਇਆ, ਕੋਈ ਥਰਮਲ ਪਲਾਂਟ ਜਾਂ ਹੋਰ ਲਾਇਆ ਨਹੀਂ। ਆਹ ਤਾਂ ਔਨਗੋਇੰਗ ਪ੍ਰੋਸੈਸ ਹੈ, ਹਰ ਸਾਲ 600-700 ਮੈਗਾਵਾਟ ਡਿਮਾਂਡ ਵੱਧਦੀ ਹੈ ਕਿਉਂਕਿ ਇੰਡਸਟਰੀ ਗਰੋਥ ਹੋ ਰਹੀ ਹੈ, ਪਾਪੂਲੇਸ਼ਨ ਗਰੋਥ ਹੋ ਰਹੀ ਹੈ। ਇਹਨਾਂ ਨੇ ਉਹ ਜ਼ਿੰਮੇਵਾਰੀ ਸੰਭਾਲੀ ਨਹੀਂ। ਹੁਣ ਅਗਲੇ ਸਾਲ ਤੋਂ ਇਸ ਸਾਲ ਇਲੈਕਸ਼ਨ ਦੇ ਬਾਅਦ ਦੇਖਿਓ ਗਰਮੀਆਂ 'ਚ ਕੀ ਹੋਣਾ ਹੈ। ਗਰਮੀਆਂ 6-6 ਘੰਟੇ 7-7 ਘੰਟੇ ਕੱਟ ਲੱਗਣਗੇ ਇਸੀ ਗਰਮੀਆਂ 'ਚ। ਆਹ ਤਾਂ ਇਲੈਕਸ਼ਨ ਕਰਕੇ ਖਰੀਦੀ ਬੈਠੇ ਆ, ਟਾਈਮ ਟਪਾ ਰਹੇ ਆ। ਪਹਿਲੀ ਤਰੀਕ ਤੁਸੀਂ 2 ਤਰੀਕ ਨੂੰ ਕੱਟ ਦੇਖਿਓ ਕਿਵੇਂ ਲੱਗਦੇ। ਆਹ ਰਿਸਪੋਂਸੀਬਿਲਟੀ ਸੀ, ਹੁਣ ਉਹ ਰਿਸਪੋਂਸੀਬਿਲਟੀ ਸਾਨੂੰ ਫਿਰ ਤੋਂ ਆ ਕੇ ਸਾਨੂੰ ਫਿਰ ਤੋਂ ਇਹਨੂੰ ਜਨਰੇਸ਼ਨ ਸ਼ੁਰੂ ਕਰਨੀ ਪੈਣੀ। ਵੈਸੇ ਤੁਹਾਨੂੰ ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਕਿਹੜੀਆਂ ਕਿਹੜੀਆਂ ਸੀਟਾਂ 'ਤੇ ਜ਼ਿਆਦਾ ਸਟਰੋਂਗ ਹੈ ਜਾਂ ਕਿੱਥੇ ਟਫ ਫਾਈਟ ਤੁਹਾਨੂੰ ਲੱਗਦੀ ਹੈ? ਸੀ ਬੇਸਿਕਲੀ ਮੈਂ ਜਿਹੜਾ, ਕਿਉਂਕਿ ਲੋਕ ਜੇ ਗਿਣਤੀ ਉਂਗਲਿਆਂ ਦੇ ਵਿੱਚ ਗਿਣਦੇ ਨੇ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਪਟਿਆਲਾ ਜਾਂ ਥੋੜ੍ਹਾ ਅੰਮ੍ਰਿਤਸਰ ਛੱਡ ਕੇ ਕਿਤੇ ਮੁਕਾਬਲੇ 'ਚ ਅਕਾਲੀ ਦਲ ਹੈ ਨਹੀਂ। ਹਰ ਸੀਟ 'ਤੇ ਮੈਂ ਦੱਸਾਂ, ਤੁਸੀਂ ਕਿਤੇ ਵੀ ਰਿਜ਼ਲਟ ਆ ਜਾਣਾ, ਨੰਬਰ 1 ਜਾਂ ਨੰਬਰ 2 ਹੈ। ਅਕਾਲੀ ਕਾਡਰ ਵਰਗਾ ਕਾਡਰ ਹੈ ਨਹੀਂ। ਚਾਰਜ ਹੋ ਗਿਆ ਕਾਡਰ ਤੁਹਾਡਾ? ਪੂਰਾ ਚਾਰਜ ਕਾਡਰ ਹੈ, ਹਰ ਸੀਟ 'ਤੇ ਸਾਡੇ ਹਲਕਾਂ 'ਚ ਚਾਰਜ ਹੈ। ਅੱਧੇ ਸੀਟਾਂ 'ਤੇ ਤਾਂ ਕਾਂਗਰਸ ਦੇ ਬੰਦੇ ਹੀ ਹੈ ਨਹੀਂ, ਹੈ ਆਮ ਆਦਮੀ ਪਾਰਟੀ ਤੋਂ ਤਾਂ ਕੋਈ ਮੰਨਦਾ ਹੀ ਨਹੀਂ। ਬੀਜੇਪੀ ਇਕੱਲੇ ਅਰਬਨ ਏਰੀਏ 'ਚ ਹੈ, ਕਿੱਥੇ ਕੰਪੀਟ ਕਰੂਗੀ? ਐ ਜੀ ਸਟਰੋਂਗ ਕਾਡਰ ਬੇਸ ਅਤੇ ਅਕਾਲੀ ਦਲ ਜਦੋਂ ਵਰਕਰ ਜੋਸ਼ 'ਚ ਆ ਜਾਣਾ, ਫਿਰ ਉਹ ਜਿੱਤ ਹੀ ਹੈ, ਵਾਪਸ ਹਾਰ ਕੇ ਵਾਪਸ ਨਹੀਂ ਆਉਂਦੇ। ਲੋਕਾਂ ਦੇ ਮਨ ਦੀ ਇੱਕ ਸ਼ੰਕਾ, ਉਹ ਮੈਂ ਸਵਾਲ ਵੀ ਪੁੱਛ ਲੈਣਾ, ਅਕਾਲੀ ਦਲ ਜਿੱਤ ਕੇ ਕਿਤੇ ਬੀਜੇਪੀ ਨਾਲ ਗੱਠਜੋੜ ਤਾਂ ਨਹੀਂ ਕਰ ਲਏਗਾ ਦੁਬਾਰਾ? ਜੇ ਕਰਨਾ ਹੁੰਦਾ ਬੀਜੇਪੀ ਨੂੰ ਲੋੜ ਪੈਗੀ ਨਹੀਂ, ਫਿਰ ਜੇ ਕਰਨਾ ਹੁੰਦਾ ਤਾਂ ਪਹਿਲੇ ਨਹੀਂ ਕਰ ਸਕਦੇ ਸੀ? ਸਾਡੇ ਕੋਲ ਚੋਇਸ ਸੀ ਪਹਿਲੇ, ਤੁਹਾਡੇ ਕੋਲ ਚੋਇਸ ਨਹੀਂ ਸੀ ਨਾ, ਕਿਸਾਨ ਫਿਰ ਤੁਹਾਡੇ ਖਿਲਾਫ ਖੜੇ ਹੋ ਜਾਂਦੇ। ਕਿਸਾਨ ਤਾਂ ਪਿਛਲੀ ਵਾਰ ਵੀ ਸੀ, ਪਿਛਲੀ ਵਾਰ ਅਸੀਂ ਇਲੈਕਸ਼ਨ ਲੜਿਆ ਅਸੈਂਬਲੀ ਦਾ, ਉਦੋਂ ਵੀ ਘੇਰਾ ਪੀਤਾ ਸੀ। ਅਸੀਂ ਕੋਈ ਕਿਸਾਨ ਦੇ ਦਬਾਅ 'ਚ ਜਾਂ ਕਿਸੇ ਦਬਾਅ 'ਚ ਨਹੀਂ, ਅਸੀਂ ਅਸੂਲਾਂ ਦੇ ਕਰਕੇ ਲੜਾਈ ਲੜ ਰਹੇ ਹਾਂ। ਆ ਸਾਡੇ ਵਾਸਤੇ ਜਿਹੜੇ ਸਾਡੀ ਆਪਣੇ ਗੁਰੂ ਘਰ ਹੈ, ਅਸੀਂ ਵਾਪਸ ਸਿੱਖ ਕੌਮ ਨੂੰ ਵਾਪਸ ਉਹਨਾਂ ਦਾ ਕੰਟਰੋਲ ਦਿਵਾਉਣਾ ਹੈ, ਅਸੀਂ ਬੰਦੀ ਸਿੱਖਾਂ ਨੂੰ ਛਡਾਉਣਾ ਹੈ। ਅਸੀਂ ਕਲੀਅਰ ਹੋ ਇਸ ਗੱਲ ਤੇ, ਪੂਰੇ ਬੜੇ ਕਲੀਅਰ ਹੈ, ਮੈਂ ਅਸੀਂ ਕੋਈ ਡੋਲਣ ਵਾਲੇ ਬੰਦੇ ਨਹੀਂ। ਇੱਕ ਇੱਕ ਲਾਸਟ ਛੋਟਾ ਜਿਹਾ ਸਵਾਲ ਹੈ ਮੇਰਾ, ਇੰਨੀ ਅੜੀ ਕਿਉਂ ਪੈ ਗਈ? ਕਿਉਂਕਿ 550ਵਾਂ ਪ੍ਰਕਾਸ਼ ਪੁਰਬ ਜਦੋਂ ਮਨਾਇਆ, ਆਪ ਉਹਨਾਂ ਨੇ ਕਿਹਾ ਕਿ ਅਸੀਂ ਬੰਦੀ ਸਿੰਘ ਛੱਡ ਰਹੇ ਹਾਂ, ਰਾਜੋਆਣਾ ਦਾ ਨਾਮ ਤੱਕ ਲਿਖਿਆ ਗਿਆ, ਉਹ ਸਾਰੀ ਡਿਟੇਲ ਆਈ, ਇਹ ਕਿੱਥੇ ਜਾ ਕੇ ਮਸਲਾ ਫਸ ਗਿਆ ਕਿ ਅਸੀਂ ਨਹੀਂ ਜੀ ਬੰਦੀ ਸਿੰਘ ਛੱਡਣੇ? ਉਹਨਾਂ ਦਾ ਇੱਕ ਮਨ 'ਚ ਵਹਿ ਬੜਾ ਹੈਗਾ, ਵਹਿਮ ਆ ਉਹਨਾਂ ਨੂੰ ਮਨ 'ਚ ਹੈ ਕਿ ਅਸੀਂ ਆਪਣੇ ਆਪ ਨੂੰ ਅਸੀਂ ਸਟਰੋਂਗ ਕਰਨਾ ਪੰਜਾਬ 'ਚ, ਅਸੀਂ ਸਿੱਖ ਲੀਡਰਾਂ ਨੂੰ ਲਿਆ ਕੇ ਆਪਣੇ ਪਾਰਟੀ 'ਚ ਪਾ ਕੇ ਅਤੇ ਅਸੀਂ ਸਿੱਖ ਵੋਟ ਲੈ ਜਾਣੀ ਹੈ। ਹਿੰਦੂ ਜਿਹੜੀ ਸ਼ਹਿਰੀ ਵੋਟ ਹੈਗੀ, ਪੇਂਡੂ ਵੋਟ ਉਹ ਲਿਆਉਣਗੇ ਅਤੇ ਅਸੀਂ ਆਪਣੇ ਆਪ ਖੜਾ ਹੋਣਾ। ਉਹਨੂੰ ਐਂ ਨਹੀਂ ਪਤਾ, ਜਿੰਨੇ ਮਰਜ਼ੀ ਲਈ ਜਾਓ, ਜਿਹੜਾ ਆਊਗਾ ਜ਼ੀਰੋ ਹੋ ਕੇ ਖਤਮ ਹੋਈ ਜਾਊਗਾ। ਉਹ ਉਹਨਾਂ ਦੀ ਸਟ੍ਰੈਟਜੀ ਸੀ, ਅਸੀਂ ਹੁਣ ਉਹ ਕਹਿੰਦੇ ਕਿਸਾਨਾਂ ਨੇ ਸਾਡੇ ਨਾਲ ਕੀਤਾ, ਇਹ ਕੀਤਾ, ਹੁਣ ਅਸੀਂ ਆਪਣੇ ਦਮ 'ਤੇ ਆਉਣਾ। ਨਹੀਂ ਪਰ ਤੁਹਾਡੀ ਪਾਰਟੀ ਦੇ ਮਨਜਿੰਦਰ ਸਿਰਸਾ ਹੋਵੇ, ਕਾਲਕਾ ਹੋਣ, ਕਾਫੀ ਸਾਰੇ ਉਹ ਲੋਕ ਲੈ ਕੇ ਗਏ ਨੇ, ਫਿਰ ਤੁਹਾਨੂੰ ਲੱਗਦਾ ਨਹੀਂ ਕਿ ਕੱਲ੍ਹ ਨੂੰ ਉਹ ਦਾਅਵਾ ਕਰ ਸਕਦੇ ਨੇ ਕਿ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮੇਨ ਟੁਕੜੀ ਟੁੱਟ ਕੇ ਸਾਡੇ ਨਾਲ ਰਲ? ਉਹ ਟੁਕੜੀ ਦੀ ਜ਼ਮਾਨਤ ਜਿਹੜਾ ਵੀ ਜਾਂਦਾ ਹੈ,
ਸਰਸਾ ਸਾਹਿਬ ਪੰਜਾਬ 'ਚ ਉਹਨਾਂ ਨੂੰ ਜੇ ਐਡੇ ਵੱਡੇ ਲੀਡਰ ਤੇ ਪੰਜਾਬ 'ਚ ਬੁਲਾਇਆ ਕਿਉਂ ਨਹੀਂ ਕੰਪੇਨ ਕਰਨ ਵਾਸਤੇ? ਹਰਮੀਤ ਕਾਲਕਾ ਜੀ ਨੂੰ ਕਿਉਂ ਨਹੀਂ ਬੁਲਾਇਆ ਇੱਥੇ? ਜੇ ਐਡੇ ਵੱਡੇ ਲੀਡਰ ਤਾਂ ਫਿਰ ਉਹਦਾ ਲਿਆਉਣਾ ਚਾਹੀਦਾ ਉਹਨਾਂ ਨੂੰ ਸਾਰਿਆਂ ਨੂੰ। ਮੈਂ ਉਹੀ ਕਿਹਾ ਜਿਹੜਾ ਜਾਊਗਾ ਉਹਨੂੰ ਸਿੱਖ ਕੌਮ ਗੱਦਾਰ ਕਹਿੰਦੀ ਹੈ, ਭਾਵੇਂ ਜਿੱਡਾ ਵੱਡਾ ਵੀ ਹੋਏ ਉਹਦੀ ਕ੍ਰੈਡੀਬਿਲਟੀ ਜ਼ੀਰੋ। ਪ੍ਰਧਾਨ ਮੰਤਰੀ ਦੀ ਰੈਲੀ ਨਾਲ ਵੀ ਕੋਈ ਫਰਕ ਨਹੀਂ ਪੈਣ ਲੱਗਾ? ਨਹੀਂ, ਮੈਨੂੰ ਲੱਗਦਾ ਉਹਦੇ ਨਾਲ ਅਕਾਲੀ ਦਲ ਹੋਰ ਸਟਰੋਂਗ ਹੋਊ, ਕਿਉਂਕਿ ਕਿਸਾਨਾਂ ਦਾ ਜਿਹੜਾ ਗੁੱਸਾ ਉਹ ਜ਼ਿਆਦਾ ਤੁਹਾਨੂੰ ਲੱਗਦਾ? ਇਕੱਲੇ ਕਿਸਾਨ ਦਾ ਗੁੱਸਾ ਨਹੀਂ ਹੈ, ਮੈਂ ਤੁਹਾਨੂੰ ਦੱਸਾਂ, ਈਵਨ ਵਪਾਰੀ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤੁਸੀਂ ਅੱਜ ਕੱਲ੍ਹ ਸਪੀਚਾਂ ਸੁਣੋ ਜੀ, ਕਿਤੇ ਨਹੀਂ ਕਿਹਾ ਉਹਨਾਂ ਨੇ ਕਿ ਮੈਂ ਆਹ ਡਿਵੈਲਪਮੈਂਟ ਕੀਤੀ ਹੈ, ਮੈਂ ਮਹਿੰਗਾਈ ਘਟਾਈ ਹੈ, ਮੈਂ ਜੋਬ ਕ੍ਰੀਏਸ਼ਨ ਕੀਤੀ ਹੈ, ਜਾਂ ਇਕੱਲੀ ਧਰਮ ਦੇ ਨਾਲ ਨਹੀਂ, ਮੁਸਲਮਾਨਾਂ ਨੇ ਤੁਹਾਡਾ ਮੰਗਲ ਸੂਤਰ ਖੋਹ ਲੈਣਾ ਹੈ, ਤੁਹਾਡੇ ਮੰਦਰ ਢਾਹ ਦੇਣਾ ਹੈ, ਇਹ ਜਿਹੀ ਇਰਰਿਸਪੋਂਸੀਬਲ ਸਟੇਟਮੈਂਟਸ ਨਹੀਂ ਆਉਣੀ ਚਾਹੀਦੀਆਂ। ਦੇਸ਼ ਦੇ ਪ੍ਰਧਾਨ ਮੰਤਰੀ ਹੈ, ਦੇਖੋ ਉਹਨਾਂ ਵਾਸਤੇ ਸਾਰੇ ਵਰਗ ਇੱਕੋ ਹੈ। ਹਾਂ, ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ 'ਤੇ ਕਿਉਂ ਸਟੈਂਡ ਲੈਂਦਾ? ਉਹ ਕਹਿੰਦਾ ਵੀ ਅਸੀਂ ਤਾਂ ਮੁਸਲਮਾਨਾਂ ਦੀ ਗੱਲ ਕੀਤੀ ਹੈ, ਸਿੱਖਾਂ ਦੀ ਗੱਲ ਥੋੜ੍ਹੀ ਕੀਤੀ ਹੈ। ਭਾਵੇਂ ਮੁਸਲਮਾਨ ਹੈ, ਆਹ ਦੇਸ਼ ਸਾਰਿਆਂ ਦਾ ਹੈ, ਭਾਵੇਂ 1% ਵਧੀ ਹੈ, ਭਾਵੇਂ 2% ਵਧੀ ਹੈ, ਭਾਵੇਂ 5 ਹੈ, ਭਾਵੇਂ 70 ਹੈ, ਕੱਲ੍ਹ ਮੁਸਲਮਾਨ ਹੈ, ਪਰਸੋਂ ਅਸੀਂ, ਪਰਸੋਂ ਚੌਥੇ ਕ੍ਰਿਸਚਨ। ਗੱਲ ਕਿਸੇ ਦੀ ਨਹੀਂ ਹੈ, ਗੱਲ ਅਸੂਲਾਂ ਦੀ ਦੀ ਆਵਾਜ਼ ਹੋ ਤੁਸੀਂ, ਮਤਲਬ ਮਿਨੋਰਟੀ ਦੀ ਆਵਾਜ਼ ਚੱਕਣੀ ਚਾਹੀਦੀ। ਸਾਈਡਸ ਮਿਨੋਰਟੀ, ਆ ਇੱਕ ਅਸੂਲੀ ਲੜਾਈ ਹੈ, ਆ ਦੇਸ਼ ਸਾਰਿਆਂ ਦਾ, ਤੁਸੀਂ ਮੈਜੋਰਟੀ ਹੋ, ਦਦਨ ਮੀਨ ਕਿ ਤੁਸੀਂ ਲੋਕਾਂ ਨੂੰ ਦਬਾ ਲਓਗੇ। ਹਿੰਦੂ ਕਮਿਊਨਿਟੀ ਬੜਾ ਰਿਜੈਂਟ ਕਰ ਰਹੀ ਹੈ ਇਸ ਕੰਮ 'ਤੇ। ਹਾਂ, ਯੈਸ, ਮੈਂ ਕਿਉਂਕਿ ਦੇ ਆਲਸੋ ਫੀਲ ਦਿਸ ਇਜ਼ ਨੋਟ ਰਾਈਟ। ਦੇਸ਼ ਵਿੱਚ ਪੀਸ ਰਹੂਗਾ ਤਾਂ ਹੀ ਦੇਸ਼ ਵਧੂਗਾ, ਜੇ ਤੁਸੀਂ ਲੜਾ ਕੇ ਲੜਾਈਆਂ ਕਰੀ ਜਾਓਗੇ ਅਤੇ ਤੁਸੀਂ ਦੂਜਿਆਂ ਨਾਲ ਦੁਸ਼ਮਣਾਂ ਨਾਲ ਲੜਨ ਦੀ ਬਜਾਏ ਤੁਸੀਂ ਆਪਣੇ ਆਪ ਲੜਾਈ ਕਰਾ ਰਹੇ ਹੋ। ਬਿਲਕੁਲ ਠੀਕ ਹੈ ਜੀ, ਚਲੋ ਬਹੁਤ ਬਹੁਤ ਧੰਨਵਾਦ ਬਾਲ ਸਾਹਿਬ, ਕਿਉਂਕਿ ਚੋਣ ਪ੍ਰਚਾਰ ਦੇ ਵਿੱਚ ਤੁਹਾਡਾ ਰੁਝੇਵਾਂ ਬਹੁਤ ਹੈ, ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਰਦਾਰ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਦਾ ਦਾਅਵਾ ਹੈ ਕਿ ਸਾਰੀਆਂ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਇੱਕ ਸਖ਼ਤ ਟੱਕਰ ਦੇ ਰਿਹਾ, ਔਰ ਉਹ ਟੱਕਰ ਕਿੰਨੀ ਕੁ ਸਖ਼ਤ ਆ ਉਹ ਨਤੀਜੇ ਦੱਸਣਗੇ। ਪਰ ਇੱਕ ਗੱਲ ਦਾ ਦਾਅਵਾ ਇਹਨਾਂ ਦਾ ਜ਼ਰੂਰ ਹੈਗਾ ਕਿ ਖੇਤਰ ਦੀ ਜੇਕਰ ਕੋਈ ਸਹੀ ਤਰੀਕੇ ਨਾਲ ਭੂਮਿਕਾ ਨਿਭਾ ਸਕਦਾ ਜਾਂ ਪ੍ਰਧਾਨਗੀ ਕਰ ਸਕਦਾ ਤਾਂ ਉਹ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਹੁਣ ਲੋਕਾਂ ਨੂੰ ਇਹ ਗੱਲ ਕਿੰਨੀ ਕੁ ਪਸੰਦ ਆਏਗੀ ਇਹ ਵੋਟਾਂ ਦੱਸਣਗੀਆਂ। ਦੇਸ਼ ਦੁਨੀਆਂ ਦੀ ਬਾਕੀ ਖਬਰਾਂ ਲਈ ਵੈਂਡਰ PTC ਨਿਊਜ਼ ਨਾਲ ਧੰਨਵਾਦ।